कीर्ता, 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 की गल? हाल तक सुते पे हो तुसी? आ गए तुसी? हाँ, मैं तो आ गया। की गल है, अजे बड़े सजे बैठे हो? कुछ नहीं, मैं तो वैसे ही सजी बैठी सी। बैठो उरे, मैं थोड़े नाल गल करनी आ। हाँ जी, की गल, तुसी रात क्यों नहीं आए हैगे? मैं सवेरे सारे काम कर ले, झाड़ू पोचा रोटी तक भी बना ली। मैं पता नहीं तुहानू इन्ने केड़े काम आउंदे ने। मैं सोचिया सवेरे चाह पीण आओगे, ओह भी नहीं आए तुसी। ਉਹ ਖੇਤ ਕੰਮ ਹੀ ਨਹੀਂ ਸੀਗੇ, ਰਾਤ ਦੀ ਮੋਟਰ ਛੱਡ ਰੱਖੀ ਸੀ, ਫਿਰ ਸਵੇਰੇ ਮੈਂ ਚੱਲ ਜਾਣੀ ਆ, ਤੇ ਹਲੇ ਵੀ ਅੱਜ ਹੁਣ ਆਏ ਨਹੀਂ, ਪਤਾ ਵੀ ਹਲੇ ਤੱਕ ਵੀ ਚੱਲੀ ਜਾਂਦੀ ਆ। ਮੈਨੂੰ ਤਾਂ ਤੁਸੀਂ ਟਾਈਮ ਹੀ ਨਹੀਂ ਦਿੰਦੇ। ਕਿਉਂ, ਕੀ ਹੋਇਆ ਦੱਸ? ਤੁਹਾਨੂੰ ਯਾਦ ਹੈ ਅੱਜ ਕੀ ਹੈ? ਅੱਜ, ਹਾਂ ਅੱਜ ਹੈ ਸ਼ਨੀਵਾਰ, ਹੈ ਨਾ, ਮੰਨਦੇ ਹਨ ਦਿਮਾਗ ਨੂੰ, ਅਤੇ ਇਹ ਸਭ ਸਾਡਾ। ਤੂੰ ਐਂ ਕਰ, ਉਹ ਯਾਰ ਮੇਰੇ ਢਿੱਡ 'ਚ ਚੂਹੇ ਦੌੜ ਰਹੇ, ਯਾਰ ਮੈਨੂੰ ਰੋਟੀ ਲੈ ਕੇ ਦੇਵਾ। ਲਿਆ ਦਿੰਦੀ ਹਾਂ ਰੋਟੀ ਮੈਂ, ਜਾਂ ਭੁੱਖ ਬਹੁਤ ਲੱਗੀ ਹੋਈ ਆ। ਮੈਨੂੰ ਪਤਾ ਮੇਰੇ ਨਾਲ ਜਾਣ ਕੇ ਮਖੌਲਾ ਕਰਦੇ ਨੇ। ਇਹਨਾਂ ਨੂੰ ਪਤਾ ਹੈ ਵੀ ਅੱਜ ਕਿੰਨਾ ਸਪੈਸ਼ਲ ਦਿਨ ਹੈ, ਸਭ ਯਾਦ ਹੈ। ਉਹ ਕੀਰਤ, ਲਿਆ ਰੋਟੀ? ਕਿੰਨਾ ਕੁ ਟਾਈਮ ਲੱਗੂ? ਆ ਗਈ ਜੀ, ਆ ਗਈ। ਥੋੜੀ ਵੇਟ ਵੀ ਕਰ ਲਿਆ ਕਰੋ, ਮੈਂ ਜਦੋਂ ਇੰਨੀ ਵੇਟ ਕਰ ਸਕਦੀ ਤੁਸੀਂ ਨਹੀਂ ਕਰ ਸਕਦੇ। ਭੁੱਖ ਇੰਨੀ ਲੱਗੀ ਪਈ ਆ, ਆ ਜਾ ਬਹਿ ਜਾ। ਤੁਸੀਂ ਖਾਓਗੇ? ਨਹੀਂ ਨਹੀਂ ਤੁਸੀਂ ਖਾਓ ਪਹਿਲਾਂ, ਮੈਂ ਬਾਅਦ ਚੋਂ ਖਾ ਲਾਂਗੀ। ਅੱਜ ਤਾਂ ਮੇਰੇ ਮਨਪਸੰਦ ਦੀ ਦਾਲ ਬਣਾਈ ਆ, ਵਾਹ। ਵਾਹ ਕਮਾਲ ਆ, ਕਿਆ ਦਾਲ ਬਣਾਈ ਆ, ਖਾ ਕੇ ਦੇਖ। ਲੱਗਿਆ ਕੁਛ ਪਤਾ? ਨਮਕ ਘੱਟ ਹੈ ਜੀ। ਹੈ ਜੀ, ਨਮਕ ਘੱਟ ਹੈ, ਹਲੇ ਵੀ ਨਮਕ ਘੱਟ ਆ। ਕੀ ਬਣਾਇਆ ਹੈ ਯਾਰ, ਕੀ ਬਣਾਇਆ ਹੈ ਯਾਰ? ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ, ਕਿੱਧਰ ਧਿਆਨ ਆ ਯਾਰ ਤੇਰਾ, ਕੀ ਕਰਦੀ ਆ, ਕੋਈ ਗੱਲ ਹੈ ਯਾਰ? ਜੀ ਫਿਰ ਕੀ ਹੋ ਗਿਆ? ਫਿਰ ਕੀ ਹੋ ਗਿਆ? ਮੈਂ ਪਾਗਲ ਹਾਂ ਨਾ, ਕਹਿੰਦਾ ਕਹਿੰਦਾ ਫਿਰ ਕੀ ਹੋ ਗਿਆ? ਉਹ ਸਾਰਾ ਦਿਨ ਖੇਤਾਂ 'ਚ ਡੰਗਰਾਂ ਵਾਂਗ ਕੰਮ ਕਰਦੇ ਰਹਿੰਦੇ ਆ, ਆਹ ਦੋ ਵਕਤੀ ਰੋਟੀ ਵੀ ਨਹੀਂ ਚੱਜ ਦੀ ਮਿਲਦੀ, ਤਾਂ ਕੀ ਕੰਮ ਕਰਾਂਗੇ? ਦਾਲ ਕੀ ਆ, ਜਪ ਕੋਲ ਪਾਣੀ ਬਣਾਇਆ ਪਿਆ ਯਾਰ, ਯਾਰ ਤੇਰਾ ਧਿਆਨ ਕਿੱਥੇ ਰਹਿੰਦਾ ਯਾਰ ਸਾਰਾ ਦਿਨ? ਤੈਨੂੰ ਕੋਈ ਕੰਮ ਨਹੀਂ, ਕਾਰ ਨਹੀਂ, ਸਾਰਾ ਦਿਨ ਘਰੇ ਵਿਹਲੀ ਰਹਿੰਦੀ, ਘੱਟੋ ਦਾਲ ਸਬਜ਼ੀ ਤਾਂ ਘੱਟੋ ਚੱਜ ਦੀ ਬਣਾ ਲਿਆ ਕਰੇ ਯਾਰ। ਜੀ ਮੈਂ ਘਰੇ ਵਿਹਲੀ ਕਿੱਥੇ ਰਹਿੰਦੀ ਹਾਂ, ਸਾਰਾ ਘਰ ਦਾ ਕੰਮ ਤਾਂ ਮੈਂ ਕਰਦੀ ਹਾਂ। ਉਹ ਤੁਹਾਡੀ ਮਨਪਸੰਦ ਦੀ ਦਾਲ ਬਣਾਈ ਸੀ, ਫਿਰ ਕੀ ਹੈ ਜੇ ਨਮਕ ਘੱਟ ਸੀ? ਮੈਂ ਹੁਣੇ ਪਾ ਕੇ ਲਿਆਉਂਦੀ ਹਾਂ। ਦਾਲ ਬਣਾਈ ਆ, ਕੋਈ ਲੋੜ ਨਹੀਂ ਕਿ ਨੂੰ ਪਾਉਂਦੀ, ਮੇਰੀ ਗੱਲ ਸੁਣ ਲੈ ਧਿਆਨ ਨਾਲ, ਜੇ ਰੋਟੀ ਪਾਣੀ ਬਣਾਉਣਾ ਹੁੰਦਾ ਨਾ, ਢੰਗ ਸਿਰ ਦਾ ਬਣਾ ਲਿਆ ਕਰ, ਨਹੀਂ ਲੋੜ ਨਹੀਂ ਹੈਗੀ, ਮੈਂ ਬਾਹਰ ਹੀ ਖਾ ਲਿਆ ਕਰੂੰਗਾ, ਠੀਕ ਹੈ ਨਾ? ਬਣਾ ਕੇ ਰੱਖ ਦੇਣੀ ਇੱਥੇ ਰੋਟੀ ਪਾਣੀ, ਚੱਜ ਦਾ ਨਹੀਂ ਬਣਾਉਂਦੀ, ਹੋਰ ਨਹੀਂ ਬਣਾਉਂਦੀ। ਇਹੋ ਜਿਹੀ ਵੀ ਕੀ ਗੱਲ ਹੋ ਗਈ ਸੀਗੀ, ਮੇਰੇ ਇਸ 'ਚ ਕੀ ਗਲਤੀ ਹੈ? ਗਲਤੀ ਯਾਰ, ਹਲੇ ਤੂੰ ਗਲਤੀ ਨਹੀਂ ਮੰਨਦੀ ਇਹਨੂੰ ਯਾਰ। ਚਲੋ ਮੰਨ ਵੀ ਲੈਂਦੀ ਹਾਂ ਗਲਤੀ ਮੇਰੀ ਹੈ, ਪਰ ਇੰਨੇ ਗੁੱਸੇ ਨਾਲ ਟ੍ਰੀਟ ਕਰਨਾ ਇਹ ਤੁਹਾਡੇ ਲਈ ਸਹੀ ਨਹੀਂ ਹੈ। ਆਪਣੇ ਵਿਆਹ ਨੂੰ 4 ਸਾਲ ਹੋ ਗਏ, ਤੇ 4 ਸਾਲ 'ਚ ਤੁਸੀਂ 4 ਦਿਨ ਵੀ ਮੇਰੇ ਨਾਲ ਕਦੇ ਪਿਆਰ ਨਾਲ ਗੱਲ ਕੀਤੀ ਹੈ? ਉਹ ਜੇ 4 ਸਾਲ ਵਿਆਹ ਤੇ ਹੋ ਗਏ, ਹੁਣ ਮੈਂ ਰੌਲਾ ਪਾਵਾਂ ਬਣ ਜਾ ਕੇ ਵੀ ਸਾਡੇ ਵਿਆਹ ਨੂੰ 4 ਸਾਲ ਹੋ ਗਏ ਯਾਰ, ਲੋਕਾਂ ਨੂੰ ਦੱਸਦਾ ਮੈਂ?
ਮੰਨਿਆ ਤੁਹਾਨੂੰ ਬਾਹਰ ਦੇ ਕੰਮ ਹੁੰਦੇ ਨੇ, ਤੁਹਾਡਾ ਬਿਜ਼ਨਸ ਹੈ, ਖੇਤੀਬਾੜੀ ਦਾ ਕੰਮ ਹੈ, ਘਾਟੇ ਤਾਂ ਹੁੰਦੇ ਹੀ ਰਹਿੰਦੇ ਨੇ, ਪਰ ਇਹਦਾ ਮਤਲਬ ਇਹ ਥੋੜ੍ਹੀ ਹੈ ਤੁਸੀਂ ਆਪਣੀ ਘਰਵਾਲੀ ਨਾਲ ਗੁੱਸੇ ਨਾਲ ਟ੍ਰੀਟ ਕਰੋ। ਆ ਤੁਹਾਡੇ ਜਨਾਨੀਆਂ ਦੇ ਨਾ ਡਰਾਮੇ ਨਹੀਂ ਮੁੱਕਦੇ, ਥੋੜ੍ਹਾ ਜਿਹਾ ਝਟਕ ਕੇ ਬੋਲੋ ਉਹਦੀ ਬੁੱਕਣ ਲੱਗ ਜਾਂਦੇ ਆ, ਉਹਦੀ ਡੁਸ ਡੁਸ ਕਰਨ ਲੱਗ ਜਾਂਦੇ ਨੇ। ਚੰਗੀ ਗੱਲ ਤਾਂ ਸਾਨੂੰ ਕਹੋ ਨਾ ਆਖੋ। ਆਹੋ ਮੈਂ ਤਾਂ ਡਰਾਮੇ ਕਰਦੀ ਹਾਂ। ਜੇ ਤੁਹਾਨੂੰ ਯਾਦ ਹੋਵੇ ਅੱਜ ਕਿਹੜਾ ਸਪੈਸ਼ਲ ਦਿਨ ਹੈ, ਯਾਦ ਹੈ ਤੁਹਾਨੂੰ? ਯਾਰ ਮੈਨੂੰ ਨਹੀਂ ਪਤਾ ਕੀ ਸਪੈਸ਼ਲ ਦਿਨ ਆ, ਠੀਕ ਹੈ ਨਾ? ਅੱਜ ਆਪਣੀ ਮੈਰਿਜ ਐਨੀਵਰਸਰੀ ਹੈ ਅਤੇ ਮੈਂ ਤੁਹਾਡੇ ਲਈ ਇੰਨਾ ਸਪੈਸ਼ਲ ਪਲਾਨ ਕਰਿਆ ਸੀ ਵੀ ਆਪਾਂ ਆਪਣੀ ਮੈਰਿਜ ਐਨੀਵਰਸਰੀ ਨੂੰ ਸੈਲੀਬ੍ਰੇਟ ਕਰਾਂਗੇ, ਪਰ ਤੁਸੀਂ ਤੁਹਾਨੂੰ ਤਾਂ ਯਾਦ ਤੱਕ ਨਹੀਂ। ਉਹ ਯਾਰ ਕੀ ਉਹ ਸੱਚੀ ਸੱਚੀ ਅੱਜ ਮੈਨੂੰ ਸੌਣ ਲੱਗੇ, ਮੈਨੂੰ ਜਮੀ ਨਹੀਂ ਪਤਾ ਸੀ ਕਿ ਅੱਜ ਆਪਣੀ ਮੈਰਿਜ ਐਨੀਵਰਸਰੀ ਆ। ਉਹ ਮੇਰੇ ਜੇ ਮੈਨੂੰ ਸੱਚੀ ਪਤਾ ਹੁੰਦਾ ਨਾ ਮੈਂ ਕਦੇ ਨਾ ਇਹ ਬੋਲਦਾ ਯਾਰ, ਤੂੰ ਮੈਨੂੰ ਪਹਿਲਾਂ ਦੱਸਿਆ ਕਿਉਂ ਨਹੀਂ? ਲੈ ਮੈਂ ਕੇਕ ਲੈ ਕੇ ਆਉਂਦਾ ਯਾਰ, ਸੱਚੀ ਸੌਣ ਲੱਗੇ ਮੈਨੂੰ ਜਮਾਂ ਨਹੀਂ ਪਤਾ ਸੀ ਯਾਰ। ਤੁਹਾਨੂੰ ਯਾਦ ਵੀ ਕਿਵੇਂ ਹੋਣਾ, ਕਦੇ ਮੇਰੇ ਨਾਲ ਬਹਿ ਕੇ ਦੋ ਗੱਲਾਂ ਕਰੀਆਂ ਨੇ। ਉਹ ਯਾਰ ਕੀ ਦੱਸਾਂ ਤੈਨੂੰ, ਪਤੀ ਆ ਕੰਮ ਕਰ ਯਾਰ, ਹੈ ਨਾ? ਚੱਲ ਕੋਈ ਨਾ, ਸੋਰੀ ਕਰ ਦਿਓ ਯਾਰ। ਹੈਂ ਸੋਰੀ ਤਾਂ ਠੀਕ ਹੈ ਪਰ ਇੱਕ ਮਿੰਟ। ਹੈਲੋ, ਹਾਂਜੀ ਹਾਂਜੀ, ਅੱਛਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਆਪਾਂ ਕੋਠੀ 'ਤੇ ਸੌਦਾ ਕਰਵਾ ਦਾਂਗੇ, ਕੋਈ ਟੈਨਸ਼ਨ ਲਓ। ਉਹ ਮੈਂ ਹੈਗਾ ਜੀ, ਹੈਗਾ। ਹਾਂ 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 ਹਾਂ, ਅੱਛਾ ਮੈਂ ਕਿਹਾ ਜੀ ਮੇਰੇ ਹੁੰਦੇ ਤੁਸੀਂ ਟੈਨਸ਼ਨ ਲਓ। ਹਾਂ ਹਾਂ, ਕਦੋਂ ਆਉਣਾ ਮੈਨੂੰ ਐਂ ਦੱਸੋ ਵੀ ਕਦੋਂ, ਕਿਵੇਂ? ਅੱਛਾ ਹਾਂ, ਕੋਈ ਗੱਲ ਨਹੀਂ ਮੈਂ ਹੁਣੀ ਪਹੁੰਚ ਜਾਂਦਾ। ਮੈਂ ਕਿਹਾ ਕਮਾਲ ਨਾ ਕਰੋ ਜੀ, ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਮੈਂ ਹੁਣੀ ਆਇਆ। ਠੀਕ ਹੈ ਠੀਕ ਹੈ ਠੀਕ ਹੈ, ਚੰਗਾ ਚੰਗਾ ਜੀ। ਮੇਰੀ ਗੱਲ ਸੁਣੋ, ਇੱਕ ਮਿੰਟ ਮੇਰੀ ਗੱਲ ਤਾਂ ਸੁਣੋ, ਮੈਂ ਹੋਰ ਸਬਜ਼ੀ ਬਣਾ ਦਿੰਦੀ ਹਾਂ ਤੁਹਾਡੀ ਮਨਪਸੰਦ ਦੀ, ਜੋ ਤੁਸੀਂ ਕਹੋਗੇ, ਪਰ ਰੋਟੀ ਖਾ ਕੇ ਜਾਓ ਪਲੀਜ਼, ਐਵੇਂ ਨਾ ਕਰੋ, ਅੱਜ ਦੇ ਦਿਨ ਤਾਂ ਰੁਕ ਜਾਂਦੇ, ਅੱਜ ਆਪਣੀ ਮੈਰਿਜ ਐਨੀਵਰਸਰੀ ਆ। ਕੀ ਤੈਨੂੰ ਪਤਾ ਯਾਰ, ਨਾਲੇ ਗਾਹਕ ਅੱਜ ਬਹੁਤ ਮੋਟਾ ਆ, ਨਾਲੇ ਜਿਹੜੇ ਮੇਰੇ ਵਾਧੇ ਘੱਟ ਨਾ ਸਾਰੇ ਪੂਰੇ ਹੋ ਜਾਣੇ ਆ, ਤੂੰ ਦੇਖੀ ਯਾਰ। ਅਤੇ ਨਾਲੇ ਨਾ ਰੋਟੀ ਅੱਜ ਆਪਾਂ ਸ਼ਾਮ ਨੂੰ ਇਕੱਠੇ ਹੀ ਖਾਵਾਂਗੇ, ਕੋਈ ਮੈਰਿਜ ਐਨੀਵਰਸਰੀ ਕਿਸੇ ਫਿਰ ਦਿਨ ਬਣਾ ਲਾਂਗੇ ਯਾਰ, ਆਪਾਂ ਕਿਹੜਾ ਭੱਜ ਜਾਂਦੇ ਹਾਂ, ਠੀਕ ਹੈ? ਪਰ ਆ ਭਰਪੂਰ ਜੀ ਬਸ, ਠੀਕ ਹੈ ਨਾ? ਓਏ ਮੰਨੀ ਨਹੀਂ ਹੁੰਦੀ ਗੱਲ, ਠੀਕ ਹੈ? ਮੇਰੀ ਕੀ ਗਲਤੀ ਹੈ, ਮੈਂ ਤਾਂ ਪਿਆਰ ਨਾਲ ਵੀ ਟ੍ਰੀਟ ਕਰਦੀ ਹਾਂ ਇਹਨਾਂ ਨਾਲ, ਪਰ ਇਹਨਾਂ ਨੇ 4 ਸਾਲ 'ਚ ਮੈਨੂੰ ਇੱਕ ਵੀ ਦਿਨ ਕਦੇ ਪਿਆਰ ਨਾਲ ਬੁਲਾ ਕੇ ਹੀ ਨਹੀਂ ਦੇਖਿਆ। ਫਿਰ ਕੀ ਸੀ ਜੇ ਅੱਜ ਦੇ ਦਿਨ ਰੁਕ ਜਾਂਦੇ, ਆਪਾਂ ਇਕੱਠੇ ਸੈਲੀਬ੍ਰੇਟ ਕਰ ਲੈਂਦੇ, ਪਰ ਨਹੀਂ। ਜੱਗੇ ਬਾਈ ਕਰੀਆਂ ਬਾਈ, ਜੱਗੇ ਦੀਦਾ ਤਾਂ ਕੋਈ ਹੈ ਨਹੀਂ ਗਾ, ਅੰਦਰੀ ਜਾ ਕੇ ਦੇਖਦਾ। ਭਾਬੀ ਜੀ। ਹਾਂਜੀ ਆਜੋ। ਸਤਿ ਸ਼੍ਰੀ ਅਕਾਲ ਭਾਬੀ ਜੀ। ਸਤਿ ਸ਼੍ਰੀ ਅਕਾਲ। ਜੱਗਾ ਬਾਈ ਕਿੱਥੇ ਆ? ਤੇਰੇ ਬਾਈ ਤਾਂ ਗਏ ਹੋਏ ਨੇ, ਉਹਨਾਂ ਨੂੰ ਕੋਈ ਕੰਮ ਸੀਗਾ, ਪੂਰੀ ਰਾਤ ਵੀ ਨਹੀਂ ਆਏ ਉਹ। ਅੱਛਾ ਭਾਬੀ, ਇਹ ਤਾਂ ਵੀਰ ਦੀ ਬੜੀ ਮਾੜੀ ਗੱਲ ਆ। ਦੇਖ ਭਾਬੀ, ਇੱਕ ਤਾਂ ਇੰਨਾ ਚੰਗਾ ਦਿਨ ਹੋਵੇ ਤੇ ਵੀਰਾ ਰਾਤ ਨੂੰ ਘਰ ਨਾ ਆਵੇ,
ਇਹ ਤਾਂ ਉਹਦੀ ਮਾੜੀ ਗੱਲ ਹੈ। ਕਿਉਂ ਭਾਬੀ, ਸਹੀ ਕਿਹਾ ਨਾ ਮੈਂ, ਇੰਨਾ ਸਪੈਸ਼ਲ ਡੇ ਹੋਵੇ ਅਤੇ ਵੀਰਾ ਘਰ ਨਾ ਹੋਵੇ। ਉਹ ਅੱਜ ਦੇ ਦਿਨ ਤਾਂ ਤੁਸੀਂ ਕੇਕ ਉਹ ਕੱਟਣੀ ਸੀ, ਇਕੱਠਿਆਂ ਨੇ ਦਿਨ ਬਿਤਾਉਣਾ ਸੀਗਾ। ਅਤੇ ਸੱਚ ਭਾਬੀ, ਹੈਪੀ ਮੈਰਿਜ ਐਨਵਰਸਰੀ। ਥੈਂਕ ਯੂ, ਤੁਹਾਨੂੰ ਯਾਦ ਸੀ। ਲੈ ਭਾਬੀ, ਐਨਵਰਸਰੀ ਕਿਉਂ ਨਾ ਯਾਦ ਹੋਵੇ, ਵੀਰੇ ਦਾ ਇੰਨਾ ਪੱਕਾ ਦੋਸਤ ਹਾਂ ਮੈਂ। ਹੈ ਮੈਨੂੰ ਤਾਂ ਵੀਰੇ ਦਾ ਬਰਥਡੇ, ਤੁਹਾਡਾ ਬਰਥਡੇ ਸਾਰਾ ਯਾਦ ਹੈ। ਅੱਛਾ, ਫਿਰ ਤੈਨੂੰ ਆਪਣਾ ਬਰਥਡੇ ਯਾਦ ਹੈ? ਹਾਂ ਭਾਬੀ, ਉਹ ਵੀ ਯਾਦ ਹੈ। ਚੱਲ ਕੋਈ ਨਾ, ਕੋਈ ਕੰਮ ਆਇਆ ਸੀ? ਹਾਂ ਬਸ, ਵੀਰੇ ਤੱਕ ਹੀ ਆਇਆ ਸੀ ਮੈਂ ਤਾਂ, ਅਤੇ ਸੋਚਿਆ ਜਾਂਦਾ ਦਾ ਭਾਬੀ ਨੂੰ ਵਿਸ਼ ਕਰ ਦਿਆਂ ਮੈਂ। ਅੱਛਾ, ਉਹਨਾਂ ਨੂੰ ਕੰਮ ਹੀ ਇੰਨੇ ਹੁੰਦੇ ਨੇ ਤਾਂ ਟਾਈਮ ਨਹੀਂ ਲੱਗਦਾ। ਸਹੀ ਗੱਲ ਭਾਬੀ। ਚੱਲ ਕੋਈ ਨਾ, ਜਦੋਂ ਆ ਗਏ ਨਾ ਮੈਂ ਉਹਨਾਂ ਨਾਲ ਤੇਰੀ ਗੱਲ ਕਰਵਾ ਦਾਂਗੀ। ਠੀਕ ਹੈ ਭਾਬੀ ਜੀ, ਮੈਂ ਚੱਲਿਆ। ਚਾਹ ਬਣਾ ਦਿੰਦੀ ਹਾਂ ਮੈਂ, ਚਾਹ ਪੀ ਕੇ ਦੇ। ਨਾ ਨਾ ਨਾ, ਬਸ ਓਕੇ ਆ ਜਾਵਾਂ ਆਪਣਾ ਕੰਮ ਤਾਂ। ਚੱਲ ਠੀਕ ਹੈ। ਹਾਂ ਚੰਗਾ ਭਾਬੀ, ਧਿਆਨ ਰੱਖਿਓ ਆਪਣਾ। ਚੰਗਾ, ਮੈਂ ਦੇਖ ਲਾ। ਇਹਨਾਂ ਦਾ ਪੱਕਾ ਦੋਸਤ ਹੈ, ਇਹਨੂੰ ਵੀ ਯਾਦ ਹੈ ਵਿਚਾਰੇ ਨੂੰ ਵੀ ਅੱਜ ਕਿੰਨਾ ਸਪੈਸ਼ਲ ਦਿਨ ਹੈ, ਮੈਰਿਜ ਐਨਵਰਸਰੀ ਹੈ। ਅਤੇ ਇਹਨਾਂ ਨੂੰ ਤਾਂ ਜਮਾਂ ਵੀ ਯਾਦ ਨਹੀਂ ਹੈਗਾ, ਇੰਨੇ ਕਿਹੜਾ ਕੰਮ ਕਾਰ ਹੁੰਦੇ ਨੇ। ਓਏ ਆ ਜਾ ਬਾਈ ਫਤਿਹ, ਆ ਜਾ ਲੰਘਿਆ। ਓਏ ਐਂ ਟੈਨਸ਼ਨ ਨਹੀਂ ਲਈ ਹੁੰਦੀ, ਮਾੜੀ ਮਾੜੀ ਗੱਲਾਂ ਦੀ। ਉਹ ਮੈਂ ਲੇਟ ਹੋ ਜਾਊਂਗਾ। ਉਹ ਲੇਟ ਨੂੰ ਹੈ ਤਾਂ ਕਿੱਥੇ ਜਾਣਾ, ਆਹ ਖੜਾ ਚਾਰ ਡੰਗਾਂ ਦੇ ਘਰ ਤੇਰਾ। ਹੈ ਖਾ ਦੇਖ ਲਾ, ਦੇਖਿਆ ਆਪਣੀ ਕੋਠੀ? ਕੋਠੀ ਤਾਂ ਬਹੁਤ ਸੋਹਣੀ ਆ ਬਾਈ। ਓਏ ਇਹ ਵੀ ਤਾਂ ਮੈਂ 35 ਲੱਖ ਰੁਪਏ ਦੀ ਲਈ ਸੀ। ਅੱਛਾ, ਹੋਰ ਕੀ ਨਾ। ਉਹ ਤੂੰ ਫਿਕਰ ਨਾ ਕਰ, ਐਂ ਤਾਂ ਬੰਦਾ ਵੱਧ ਚੜਾ ਕੇ ਬੋਲੀ ਲਾਉਂਦੀ ਹੁੰਦਾ, ਨਹੀਂ ਮੈਂ ਟੈਨਸ਼ਨ ਨਾ ਕਰ। ਉਹ ਮੈਨੂੰ ਬੰਦਾ ਅੜਬ ਲੱਗਿਆ, ਉਹ ਜਿੰਨਾ ਮਰਜ਼ੀ ਅੜਬ ਹੋਵੇ, ਬੈਠਾ ਨਾ ਮੈਂ ਕਦੇ ਵਾਸਤੇ ਆ। ਬਸ ਤੂੰ ਅੜਿਆ ਰਹੀ, ਖੜਿਆ ਰਹੀ ਮੇਰੇ ਬਰਾਬਰ, ਰੇਟ ਤਾਂ ਮੈਂ ਆਪੀ ਕਰਵਾ ਦੂੰ ਤੇਰਾ। ਚੱਲ ਦੇਖ ਲਾ ਜਿਵੇਂ ਮਰਜ਼ੀ ਤੈਨੂੰ ਠੀਕ ਲੱਗੇ, ਬਸ ਉਸ ਤੱਕ ਬਣਾ ਦੇ ਸੌਦਾ। ਮੈਂ ਬਣਾ ਦੂੰ, ਟੈਨਸ਼ਨ ਨਾ ਲੈ, ਘਰ ਆਪਣੇ ਪਸੰਦ ਹੈ। ਚਾਹ ਪੀਨੇ ਬੈਠ। ਘਰ ਤਾਂ ਬਹੁਤ ਸੋਹਣਾ ਬਾਈ, ਘਰ ਤਾਂ ਬਹੁਤ ਵਧੀਆ ਬਾਈ, ਕੁਛ ਨਾ। ਤੈਨੂੰ ਹਲੇ ਉੱਪਰ ਦਿਖਾਉਂ, ਦੇਖੀ ਤੂੰ ਕਿੰਨਾ ਵਧੀਆ। ਅੱਛਾ ਜੀ। ਹਾਂ, ਪ੍ਰੋਪੋਰਸ਼ਨ ਬਹੁਤ ਵਧੀਆ ਬਣਿਆ ਹੋਇਆ ਹੈਗਾ। ਚਲੋ ਵਧੀਆ ਬਾਈ। ਕੀਰਤ, ਆ 2 ਗਲਾਸ ਪਾਣੀ ਦੇ ਲਿਓ। ਹਾਂਜੀ ਆ ਗਿਆ। ਤੇ ਹੋਰ ਘਰ ਪਰਿਵਾਰ ਸਭ ਵਧੀਆ ਹੈ? ਸਭ ਵਧੀਆ ਬਾਈ, ਮੈਨੂੰ ਆਇਆ ਯਾਰ, ਕਦੋਂ ਆਪਾਂ ਆਪਦੇ ਘਰ ਚ ਵਗ ਜਾਈਏ, ਕਿਰਾਏ ਦਾ ਘਰ ਛੱਡ ਕੇ। ਕੋਈ ਨਾ, ਸਭ ਬਸ ਇਹਦੀ ਜਿਹਦੀ ਸੌਦਾ ਕਰਾ ਦੇ ਦੋ। ਉਹ ਕਰਵਾ ਦਾਂ, ਕਰਵਾ ਦਾਂ। ਹੈ ਕੋਈ ਨਾਲੇ ਜੱਗੇ ਹੁੰਦੇ, ਕਾਹਨੂੰ ਚਿੰਤਾ ਕਰਦਾ, ਮੈਂ ਆਪੀ ਕਰਵਾ ਦੂੰਗਾ ਸਭ ਕੁਝ। ਬਸ ਤੂੰ ਅੜਿਆ ਰਹੀ, ਤੇਰੇ ਹੁੰਦੇ ਕਾਹਦੀ ਫਿਕਰ ਹੈ ਯਾਰ। ਹੈ ਤੂੰ ਪਾਣੀ ਪੀ। ਓਏ ਕੀ ਹੋ ਗਿਆ, ਚੱਕਦਾ ਪਾਣੀ? ਉਹ ਪਤੰਦਰਾ ਮੇਰੇ ਘਰ ਵਾਲੀ ਆ ਇਹ, ਤੂੰ ਵੀ ਸੋਚਦਾ ਹੋਊਗਾ ਵੀ ਆਹ ਕਾਲੇ ਜੀ ਨੂੰ ਕਿਵੇਂ ਇੰਨੀ ਸੋਹਣੀ ਮਿਲ ਗਈ ਹੋਏ, ਹੈ ਨਾ। ਕਿਆ ਬਣਾਏਗੀ, ਇਹ ਵੀ ਪੁੱਛਣੀ ਗੱਲ ਹੈ। ਉਹ ਯਾਰ ਇੰਨੀ ਕੁ ਤਾਂ ਕਾਮਨ ਸੈਂਸ ਹੁੰਦੀ ਹੈ ਯਾਰ ਬੰਦੇ ਨੂੰ, ਵੀ ਘਰੇ ਗੈਸਟ ਆਏ ਨੇ ਵੀ ਚਾਹ ਤਾਂ ਬਿਨ ਪੁੱਛੇ ਬੰਦਾ ਬਣਾ ਦਿੰਦਾ ਯਾਰ। ਬਣਾ ਦਾਨੀ ਆ ਨਾਲੇ, ਵਧੀਆ ਜਿਹਾ ਬਣਾ ਲਈ ਚਾਹ। ਆ ਫੋਨ ਆ ਗਿਆ ਉਹਨਾਂ ਦਾ, ਮੈਨੂੰ ਲੱਗਦਾ ਬਣੂਗਾ ਲੱਗੀ। ਹਾਂ ਹਾਂ ਬਾਈ, ਕਰ ਗੱਲ ਫਿਰ, ਦੱਸ ਦੇ ਕੀ ਕਰਦੇ ਨੇ। ਹੈਲੋ, ਹਾਂਜੀ, ਹੋਰ ਕਿਵੇਂ? ਉਹ ਮੈਂ ਤਾਂ ਆਪ ਹੈਰਾਨ ਵੀ ਤੂੰ ਇੱਥੇ ਕਿਵੇਂ। ਮੈਂ ਤਾਂ ਇੱਥੇ ਹੋਣਾ ਹੀ ਹੈ, ਮੇਰਾ ਸਹੁਰਾ ਘਰ ਹੈ, ਇਹਨਾਂ ਨੇ ਦੱਸਿਆ ਤਾਂ ਹੈ ਮੈਂ ਇਹਨਾਂ ਦੀ ਘਰ ਵਾਲੀ ਹਾਂ। ਘਰ ਵਾਲੀ ਤੇ ਨਾਲੇ ਮੈਂ, ਮੈਨੂੰ ਤਾਂ ਸ਼ਾਇਦ ਰੱਬ ਨੇ ਇਹ ਦੇਖਣ ਵਾਸਤੇ ਭੇਜਿਆ ਵੀ ਤੇਰੇ ਹਾਲਾਤ, ਵੀ ਤੂੰ ਕਿੰਨੀ ਕੁ ਖੁਸ਼ ਹੈ। ਮੈਂ ਬਹੁਤ ਖੁਸ਼ ਹਾਂ, ਇਹ ਮੈਨੂੰ ਬਹੁਤ ਖੁਸ਼ ਰੱਖਦੇ ਨੇ, ਇਹੋ ਜਿਹੀ ਕੋਈ ਗੱਲ ਨਹੀਂ ਹੈ।
ਕਿਹਨੂੰ ਮੂਰਖ ਬਣਾਉਣੀ ਹੈ? ਇਹ ਤਾਂ ਮੈਂ ਦੇਖ ਹੀ ਲਿਆ ਵੀ ਕਿੰਨਾ ਕੁ ਤੈਨੂੰ ਪਿਆਰ ਕਰਦਾ ਤੇ ਕਿੰਨਾ ਕੁ ਮਿੱਠਾ ਬੋਲਦਾ ਉਹ। ਕੰਮ ਦਾ ਸਟ੍ਰੈਸ ਇੰਨਾ ਜ਼ਿਆਦਾ ਹੁੰਦਾ, ਕਦੇ ਕਦੇ ਗੁੱਸੇ 'ਚ ਬੋਲ ਜਾਂਦੇ ਨੇ, ਤੇ ਪਤਾ ਤੈਨੂੰ ਛੱਡਣਾ ਮੇਰੀ ਮਜਬੂਰੀ ਬਣ ਗਈ ਸੀ। ਮਜਬੂਰੀ? ਕੋਈ ਮਜਬੂਰੀ ਨਹੀਂ ਸੀ, ਉਹ ਲਾਲਚ ਸੀ ਤੇਰਾ। ਮੇਰੇ ਕੋਲ ਇੱਕ ਚੰਗੀ ਜੌਬ ਨਹੀਂ ਸੀ ਨਾ, ਤੇ ਇੱਧਰ ਸਾਰਾ ਕੁਛ ਤੈਨੂੰ ਕਰਿਆ ਕਰਾਇਆ ਮਿਲ ਰਿਹਾ ਸੀ। ਤੂੰ ਤਾਂ ਇੱਕ ਵਾਰ ਮੈਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ। ਪਤੇ ਮੈਂ ਦੱਸਦੀ ਕਿਵੇਂ, ਇਹ ਸਾਰਾ ਕੁਛ ਮੇਰੇ ਵਿਆਹ ਦਾ ਇੰਨੀ ਜਲਦੀ ਜਲਦੀ ਹੋ ਗਿਆ ਕਿ ਬਸ ਟਾਈਮ ਹੀ ਨਹੀਂ ਮਿਲਿਆ। ਤੇ ਹਾਂ, ਤੈਨੂੰ ਲੱਗਦਾ ਕਿ ਮੈਂ ਲਾਲਚ ਕਰਿਆ? ਮੇਰੇ ਘਰਦਿਆਂ ਨੇ ਰਿਸ਼ਤਾ ਕਰਵਾਇਆ ਤੇ ਘਰਦਿਆਂ ਤੋਂ ਬਗੈਰ ਮੈਂ ਕਿਤੇ ਹੋਰ ਕਰਾ ਵੀ ਨਹੀਂ ਸਕਦੀ ਸੀ ਵਿਆਹ। ਦੱਸ ਤਾਂ ਸਕਦੀ ਸੀ ਨਾ ਵੀ ਮੈਨੂੰ ਇੱਕ ਮੁੰਡਾ ਪਸੰਦ ਆ, ਪਰ ਨਹੀਂ ਨਹੀਂ ਦੱਸਣਾ ਸੀ ਨਾ। ਫਤਿਹ ਮੈਂ ਆਪਣਾ ਨੰਬਰ ਹੀ ਚੇਂਜ ਕਰਤਾ ਸੀ, ਮੈਂ ਤਾਂ ਨੰਬਰ ਕੀ ਫੋਨ ਹੀ ਨਵਾਂ ਲੈ ਲਿਆ ਸੀ, ਤਾਂ ਤੇਰਾ ਨੰਬਰ ਤਾਂ ਡਿਲੀਟ ਹੀ ਹੋ ਗਿਆ ਸੀ। ਛੱਡਣ ਵਾਲੇ ਨੂੰ ਨਾ ਇੱਕ ਬਹਾਨਾ ਚਾਹੀਦਾ ਹੁੰਦਾ, ਉਹ ਤੇਰੇ ਕੋਲ ਮਿਲ ਗਿਆ ਤੈਨੂੰ। ਤੇ ਕਈ ਮੇਰੇ ਵਰਗੇ ਹੁੰਦੇ ਨੇ ਨਾ ਜਿਹੜੇ ਖੜੇ ਰਹਿੰਦੇ ਨੇ, ਸਮੇਂ ਦੇ ਹਿਸਾਬ ਨਾਲ ਬਦਲਿਆ ਨਹੀਂ ਜਾਂਦਾ ਨਾ। ਮੇਰੇ ਕੋਲ ਤਾਂ 10 ਸਾਲਾਂ ਤੋਂ ਉਹੀ ਨੰਬਰ ਹੈ। ਮੈਂ ਤਾਂ ਉਡੀਕਦਾ ਰਹਿੰਦਾ ਸੀ ਵੀ ਕਦੋਂ ਤੇਰਾ ਫੋਨ ਆਊਗਾ, ਤੂੰ ਮੇਰੇ ਨਾਲ ਗੱਲ ਕਰੇਂਗੀ। ਫਤਿਹ ਬਟ ਮੇਰੀ ਇਹਦੇ 'ਚ ਕੋਈ ਗਲਤੀ ਨਹੀਂ ਹੈ, ਮੈਂ ਤੈਨੂੰ ਦੱਸਣਾ ਚਾਹੁੰਦੀ ਸੀ ਪਰ ਕੋਈ ਚਾਰਾ ਹੀ ਨਹੀਂ ਸੀ ਮੇਰੇ ਕੋਲ। ਚਾਰਾ ਨਹੀਂ ਸੀ? ਸਿੱਧਾ ਸਿੱਧਾ ਇਹ ਕਹਿ ਦੇਣਾ ਵੀ ਮੈਨੂੰ ਪੈਸੇ ਵਾਲਾ ਚਾਹੀਦਾ ਸੀ ਤੇ ਮੇਰੇ ਕੋਲ ਪੈਸਾ ਹੈ ਨਹੀਂ ਸੀ। ਉਹ ਘੱਟੋ ਘੱਟ ਤੂੰ 2 ਸਾਲ ਹੀ ਵੇਟ ਕਰ ਲੈਂਦੀ, ਅੱਜ ਮੈਂ ਇੰਨੀ ਔਕਾਤ ਰੱਖਦਾ ਵੀ ਤੇਰਾ ਘਰ ਵੀ ਖਰੀਦ ਸਕਦਾ, ਪਰ ਨਹੀਂ, ਯਕੀਨ ਹੀ ਨਹੀਂ ਸੀ ਨਾ ਤੈਨੂੰ ਮੇਰੇ 'ਤੇ। ਫਤਿਹ ਇਹੋ ਜਿਹੀ ਕੋਈ ਗੱਲ ਚਾਹ ਬਣਾਉ? ਹਾਂਜੀ ਬਸ ਠੀਕ ਹੈ ਜੀ, ਠੀਕ ਹੈ, ਓਕੇ ਜੀ, ਚੰਗਾ ਜੀ। ਲੈ ਜੀ ਉਹ ਪੀ ਲਈ ਚਾਹ? ਉਹ ਚਾਹ ਤਾਂ ਬਾਈ ਫਿਰ ਪੀ ਲਾਂਗੇ ਕਦੇ, ਹੁਣ ਮੈਂ ਚੱਲਿਆ, ਮੈਨੂੰ ਫੋਨ ਆ ਗਿਆ ਘਰੋਂ ਯਾਰ। ਇਹ ਕੀ ਹੋਇਆ? ਉਹ ਪਤੰਦਰਾ ਮੈਂ ਤਾਂ ਤੇਰੇ ਨਹੀਂ ਪਾਰਟੀ ਬਣਦੀ ਹੈ, ਮੈਂ ਕਿਹਾ ਬਣਦੀ ਹੈ ਗੱਲ ਲਾਗੀ ਨੇੜੇ। ਫਿਰ ਐਂ ਕਰਦੇ ਹਾਂ ਅੱਜ ਚਾਹ ਰਹਿਣ ਦਿੰਦੇ, ਅੱਜ ਮੈਨੂੰ ਕਾਹਲੀ ਹੈ, ਚਾਹ ਵੀ ਨਾਲੇ ਪਾਰਟੀ ਵੀ ਇਕੱਠੀ ਕਰਾਂਗੇ ਹੁਣ ਨਵੇਂ ਘਰੇ। ਉਹ ਪਤੰਦਰਾ 2 ਮਿੰਟ ਲੱਗਣੇ ਆ। ਨਾ ਨਾ ਬਾਈ, ਨਾ ਨਾ ਬਾਈ, ਉਹ ਪੀ ਲਾ ਘੁੱਟ ਘੁੱਟ। ਸੌਦਾ ਕਰਾ ਉੱਧਰ, ਤਿਆਰੀ ਕਰ, ਜਿੰਨੀ ਛੇਤੀ ਸੌਦਾ ਹੋ ਉਨੀ ਛੇਤੀ ਚਾਹ ਪਾਰਟੀ, ਠੰਡਾ ਦਿੱਤਾ ਕੌੜਾ ਮਿੱਠਾ ਸਾਰਾ ਇਕੱਠਾ ਹੀ ਕਰ ਲਾਂਗੇ। ਚਲੋ ਤਾਂ ਲੈ ਹੀ ਲੈਣਾ। ਹੈ ਚੱਲ ਠੀਕ ਆ ਬਾਈ, ਚੰਗਾ ਚੰਗਾ, ਠੀਕ ਹੈ ਜੀ, ਚੱਲ। ਹਾਂਜੀ ਕੀਰਤ ਮੈਡਮ ਜੀ, ਬਣੀ ਹਾਲੇ ਤੱਕ ਚਾਹ? ਬਣ ਗਈ ਜੀ ਬਸ, ਹਾਲੇ ਤੱਕ ਬਣੀ ਨੀ? ਉਹ ਯਾਰ ਤੂੰ 2 ਘੰਟੇ ਕੀ ਕਰਦੀ ਸੀ? ਕਮਾਲ ਆ ਯਾਰ, ਕਿਹੋ ਜਿਹੀ ਯਾਰ ਕੀਰਤ ਯਾਰ ਤੂੰ, ਉਹ ਅਗਲਾ ਕੀ ਕਹੂਗਾ, ਚਾਹ ਵੀ ਨੀ ਪਿਲਾ ਸਕੇ ਮੈਨੂੰ, ਮਸਾ ਮਸਾ ਲੈ ਵਾਹ ਘਰ ਆਉਂਦਾ ਗਾ, 4 ਪੈਸੇ ਫੇਰ ਹੀ ਬਣਦੇ ਆ, ਜੇ ਅਗਲੇ ਦੀ ਆਓ ਭਗਤ ਕਰਦੇ ਨਾ ਤਾਂ 4 ਪੈਸੇ ਬਣਦੇ ਆ। ਜੀ ਮੈਂ ਪੁੱਛੇ ਤਾਂ ਸੀ, ਹੁਣ ਚਾਹ ਨੂੰ ਟਾਈਮ ਤਾਂ ਲੱਗਦਾ ਹੀ ਹੈ। ਤੇ ਟਾਈਮ ਲੱਗਦਾ ਤੈਨੂੰ ਇੰਨੀ ਤਾਂ ਘੱਟੋ ਘੱਟ ਕਾਮਨ ਸੈਂਸ ਹੈਗੀ, ਮਾਂ ਬਾਪਾਂ ਨੇ ਸਿਖਾਇਆ ਹੋਊਗਾ ਜੇ ਘਰ ਦੇ ਵਿੱਚ ਕੋਈ ਗੈਸਟ ਆਉਂਦਾ ਵੀ ਆਪਾਂ ਨੂੰ ਚਾਹ ਪਿਲਾਉਣੀ ਚਾਹੀਦੀ ਹੈ, ਤਾਂ ਉਹਦੇ ਸਾਹਮਣੇ ਪੁੱਛਣ ਲੱਗ ਰਹੀ ਤੂੰ ਮੈਨੂੰ ਵੀ ਚਾਹ ਬਣੀ ਹੈ? ਚਾਹ ਬਣੀ ਜੀ, ਮਾੜੀ ਮੋਟੀ ਦਾ ਕੋਲ ਤੋਂ ਕੰਮ ਲੈ ਲੈ ਕੇ ਯਾਰ। ਜੀ ਫੇਰ ਕੀ ਹੋ ਗਿਆ ਜੀ ਪੁੱਛ ਲਿਆ? ਕਦੇ ਬੰਦੇ ਦਾ ਨਹੀਂ ਦਿਲ ਕਰਦਾ ਚਾਹ ਪੀਣ ਨੂੰ, ਚਾਹੇ ਠੰਡਾ ਪੀਣ ਨੂੰ ਦਿਲ ਕਰਦਾ ਹੋਵੇ ਅਗਲੇ ਦਾ, ਫੇਰ ਕੀ ਹੈ ਜੇ ਮੈਂ ਪੁੱਛ ਲਿਆ? ਓਏ ਆਪਣਾ ਫਰਜ਼ ਤਾਂ ਬਣਦਾ ਇੱਕ ਵਾਰੀ ਅਗਲੇ ਦਾ ਚਾਹ ਦਾ ਨਾਮ ਲੈਣ ਦਾ, ਇਹ ਕੀ ਹੋਇਆ ਅਗਲੇ ਸਾਹਮਣੇ ਮੇਰੀ ਇਨਸਲਟ ਕਰੀ ਜਾਂਦੀ ਹੈ, 4 ਬੰਦੇ ਜਾ ਕੇ ਕੀ ਕਹੂਗਾ? ਜੀ ਇਹੋ ਜਿਹੀ ਕੋਈ ਇਨਸਲਟ ਨਹੀਂ ਹੋਈ ਤੁਹਾਡੀ ਜਿੱਥੇ ਤੱਕ ਮੈਨੂੰ ਪਤਾ ਹੈ। ਉਹ ਜਾਣ ਦਿਆ ਕਰ ਕੀਰਤ, ਜਾਣ ਦਿਆ ਕਰ, ਠੀਕ ਆ ਨਾ, ਜ਼ਿਆਦਾ ਬਕਵਾਸ ਨਾ ਕਰਿਆ ਕਰ ਮੇਰੇ ਨਾਲ, ਠੀਕ ਆ ਨਾ, ਕਿਤੇ ਤੱਕ ਬਸ।
ਹਰ ਵਾਰੀ ਐਂ ਬੋਲੀ ਜਾਣਾ, ਐਡਾ ਕਿ ਮੈਂ ਗੁਨਾਹ ਕਰਤਾ ਸੀ ਚਾਹ ਪੁੱਛ ਕੇ। ਓ ਯਾਰ ਤੂੰ ਮੈਂ ਤਾਂ ਹੋਰ ਰੱਤ ਚੁਕਾ ਲਈ, ਠੀਕ ਹੈ ਨਾ, ਚੁੱਪ ਰਹਿ, ਮੈਨੂੰ ਇੰਨਾ ਗੁੱਸਾ ਚੜਾ ਦਿਆ ਕਰ, ਗੱਲ ਗੱਲ ਤੇ ਗੁੱਸਾ ਚੜਾ ਨਹੀਂ ਰਹਿੰਦੀ ਆ। ਕੋਈ ਨਾ ਜੀ, ਮੈਨੂੰ ਮਾਫ਼ ਕਰ, ਮੇਰਾ ਜਵਾਨ ਹੁੰਦਾ ਮਾਫ ਕਰਦੇ। ਸਤਿ ਸ਼੍ਰੀ ਅਕਾਲ ਭਾਬੀ ਜੀ। ਸਤਿ ਸ਼੍ਰੀ ਅਕਾਲ ਭਾਬੀ, ਕਿਵੇਂ ਆ? ਠੀਕ ਹੈ ਭਾਬੀ, ਮੈਂ ਤਾਂ ਬਾਈ ਕੋਲ ਆਇਆ ਸੀਗਾ। ਓਹੋ, ਅੱਜ ਤਾਂ ਫੇਰ ਨਹੀਂ ਹੈਗੇ ਬਾਈ ਤੇਰਾ ਘਰੇ? ਓਹੋ, ਮੇਰਾ ਤਾਂ ਕੰਮ ਫੇਰ ਭਾਬੀ, ਵਿਚਾਰੇ ਦਾ ਵਿਚਾਰੇ। ਤੂੰ ਐਵੇਂ ਕਰਨਾ ਭਾਵੇ, ਤੂੰ ਉਹਨਾਂ ਕੋਲ ਹੀ ਜਾਇਆ ਕਰ ਕੰਮ ਤੇ, ਤੈਨੂੰ ਮਿਲ ਜਾਣਗੇ। ਐਵੇਂ ਤਾਂ ਘਰੇ ਜੇ ਤੂੰ ਆਏਗਾ ਤੈਨੂੰ ਤਾਂ ਕਦੇ ਨਹੀਂ ਮਿਲਣੇ। ਭਾਬੀ ਜਾਵਾਂ ਤਾਂ ਮੈਂ ਤਾਂ ਜੇ ਬਾਈ ਦਾ ਕਿਤੇ ਕਟਕਾਣਾ ਹੋਵੇ, ਕਦੇ ਖੇਤ ਹੁੰਦੇ ਨੇ, ਕਦੇ ਦਫ਼ਤਰ ਹੁੰਦੇ ਨੇ, ਕਿਸੇ ਨਾਲ ਕਦੇ ਸੌਦਾ ਕਰਾਉਣ ਕਹਿੰਦੇ ਨੇ ਕੋਠੀਆਂ ਗਾਠੀਆਂ ਦਾ, ਹੁਣ ਤਾਂ ਕਦੇ ਮਿਲਦੀ ਨੀ ਬਾਈ, ਇੱਕ ਹੀ ਟਿਕਾਣਾ, ਮੈਂ ਘਰੇ ਆ ਜਾਂਦਾ। ਚੱਲ ਕੋਈ ਨਾ, ਤੂੰ ਆ ਮੰਜਾ ਡਾਲਾ, ਮੈਂ ਤੇਰੇ ਲਈ ਚਾਹ ਬਣਾਉਂਦੀ ਹਾਂ। ਨਾ ਨਾ ਭਾਬੀ, ਚਾਹ ਤਾਂ ਰਹਿਣ ਦੇ। ਕੋਈ ਨਾ, ਪਾਣੀ ਪੀ ਜਾ ਫਿਰ, ਬਹਿ ਤਾਂ ਜਾ। ਚੱਲ ਚੰਗਾ, ਬਹਿ ਜਾ, ਪਾਣੀ ਪਿਲਾ ਦੋ। ਆਉਂਦੀ ਹਾਂ ਮੈਂ। ਇੱਕ ਤਾਂ ਨਾ ਬਾਈ ਵੀ ਘਰੇ ਮਿਲਦੀ ਨਹੀਂ ਆ, ਫੋਨ ਕਰ ਲਓ, ਫੋਨ ਬਿਜੀ ਬਿਜੀ ਬਿਜੀ, ਜਾਂ ਕਈ ਵਾਰ ਤਾਂ ਚੱਕਦੀ ਨਹੀਂ ਹੈਗਾ ਪਤੰਦਰ, ਵੀ ਕੋਈ ਕੰਮ ਹੀ ਹੁੰਦਾ ਬੰਦੇ ਨੂੰ। ਅਲਾ ਫੜ ਬਾਬੇ। ਹਾਂ, ਹੋਰ ਠੀਕ ਠਾਕ? ਹਾਂ ਹਾਂ ਭਾਬੀ, ਮੈਂ ਵਧੀਆ। ਹੋਰ ਤੁਸੀਂ ਸੁਣਾਓ ਭਾਬੀ, ਠੀਕ ਹੋ? ਬਸ ਠੀਕ ਆ, ਮੈਂ ਤਾਂ ਤੈਨੂੰ ਪਤਾ ਹੀ ਆ ਕੀ ਕੁਛ ਚੱਲਦਾ ਆ। ਕਿਉਂ, ਕੀ ਹੋਇਆ ਭਾਬੀ? ਬਾਬੇ ਤੈਨੂੰ ਪਤਾ ਹੀ ਆ, ਤੇਰਾ ਬਾਈ ਕਦੇ ਵੀ ਮੈਨੂੰ ਪਿਆਰ ਨਾਲ ਗੱਲ ਕਰਦਾ ਹੀ ਨਹੀਂ, ਕਦੇ ਗੁੱਸੇ 'ਚ, ਕਦੇ ਪਿਆਰ ਨਾਲ, ਪਤਾ ਨਹੀਂ ਉਹਨਾਂ ਨੂੰ ਕੀ ਹੋ ਜਾਂਦਾ। ਪਤਾ ਕੀ ਗੱਲ ਆ ਭਾਬੀ, ਉਹ ਬਾਈ ਦਾ ਕੰਮ ਹੀ ਇਹੋ ਜਿਹਾ, ਉਹ ਬੰਦਾ ਇਹੋ ਜਿਹੇ ਕੰਮ 'ਚ ਖਿਜੀ ਜਾਂਦਾ, ਖੇਤ ਦੇ ਕੰਮ ਨਾਲੇ ਵਪਾਰ ਨਾਲ ਕਰੀ ਜਾਂਦਾ, ਹੈ ਨਾ। ਯਾਰ ਇਹੋ ਜਿਹਾ ਵੀ ਕਿਹੜਾ ਕੰਮ ਹੁੰਦਾ, ਘਰੇ ਆ ਕੇ ਤਾਂ ਬੰਦਾ ਆਪਣੀ ਘਰ ਵਾਲੀ ਨਾਲ ਪਿਆਰ ਨਾਲ ਗੱਲ ਕਰ ਹੀ ਸਕਦਾ, ਇਹ ਥੋੜ੍ਹੀ ਹੈ ਕਿ ਕੰਮ ਦਾ ਸਟ੍ਰੈਸ ਤੁਸੀਂ ਘਰੇ ਵੀ ਲੈ ਕੇ ਆ ਜਾਓ, ਹੈ ਨਾ। ਇਹ ਗੱਲ ਤਾਂ ਬਾਈ ਨੂੰ ਸੋਚਣੀ ਚਾਹੀਦੀ ਹੈ, ਹੈ ਨਾ, ਵੀ ਤੁਹਾਡੇ ਨਾਲ ਵੀ ਥੋੜ੍ਹਾ ਮੋਟਾ ਟਾਈਮ ਸਪੈਂਡ ਕਰੇ। ਯਾਰ ਉਹਨਾਂ ਨੂੰ ਤਾਂ ਸਮਝ ਕਦੇ ਆ ਹੀ ਨਹੀਂ ਸਕਦੀ। ਬਾਬੇ ਮੈਂ ਸੱਚ ਤੇ ਨਾ ਇੱਕ ਗੱਲ ਕਰਨੀ ਸੀ। ਹਾਂ ਹਾਂ ਭਾਬੀ, ਦੱਸੋ ਕੀ ਗੱਲ ਕਰਨੀ ਆ। ਜਿੰਨੇ ਜੋਗਾ ਮੈਂ ਹੈਗਾ, ਮੈਂ ਖੜਾ ਤੁਹਾਡੇ ਨਾਲ, ਮੈਂ ਕਿਹੜਾ ਭੱਜੇ ਆ। ਬਾਬੇ ਬੇਸ਼ੱਕ ਮੈਂ ਵਿਆਹੀ ਹੋਈ ਹਾਂ ਤੇਰੇ ਵੀਰੇ ਨਾਲ, ਪਰ ਵਿਆਹੀ ਹੋਈ ਵੀ ਕੁਆਰੀ ਵਰਗੀ ਆ। ਕਿਉਂ? ਕਿਉਂਕਿ ਕਦੇ ਮੇਰੇ ਨਾਲ ਕਦੇ ਦੁੱਖ ਸੁੱਖ ਹੀ ਨਹੀਂ ਸਾਂਝੇ ਕਰੇ, ਹਮੇਸ਼ਾ ਕੰਮ 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 ਦੇ ਪਿੱਛੇ ਭੱਜਿਆ ਰਹਿਣਾ। ਮੇਰੇ ਨਾਲ ਵੀ ਕੋਈ ਦੁੱਖ ਸੁੱਖ ਸਾਂਝਾ ਕਰਨ ਵਾਲਾ ਹੋਣਾ ਚਾਹੀਦਾ, ਕੋਈ ਪਿਆਰ ਨਾਲ ਗੱਲ ਕਰੇ ਮੇਰੇ ਨਾਲ, ਪਰ ਨਹੀਂ, ਮੇਰਾ ਕੋਈ ਵੀ ਨਹੀਂ ਹੈਗਾ। ਮੈਂ ਤਾਂ ਬਾਬੇ ਤੈਨੂੰ ਐਂ ਕਹਿੰਦੀ ਸੀ, ਤੂੰ ਨਾ ਮੈਨੂੰ ਸੋਹਣਾ ਬਹੁਤ ਲੱਗਦਾ ਅਤੇ। ਭਾਬੀ ਕਿਹੋ ਜਿਹੀ ਗੱਲ ਕਰੀ ਜਾਂਦੇ ਤੁਸੀਂ? ਬਾਬੇ ਮੈਂ ਤੇਰੇ ਨਾਲ ਸਹੀ ਗੱਲ ਕਰ ਰਹੀ ਹਾਂ, ਮੈਨੂੰ ਨਾ ਤੂੰ ਬਹੁਤ ਪਸੰਦ ਆ ਅਤੇ ਮੈਂ ਚਾਹੁੰਦੀ ਹਾਂ ਤੂੰ ਮੇਰੇ ਨਾਲ ਰਵੇ, ਆਪਣੇ ਦੋਹਾਂ ਦੇ ਦੁੱਖ ਸੁੱਖ ਇੱਕੋ ਸਾਂਝੇ ਹੋ ਜਾਣਗੇ। ਬਸ ਕਰ ਭਾਬੀ, ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀਆਂ ਤੂੰ ਮੇਰੇ ਨਾਲ, ਸ਼ਰਮ ਹੋਣੀ ਚਾਹੀਦੀ ਤੈਨੂੰ। ਬਾਬੇ ਇਟਸ ਨੋਰਮਲ, ਦੁਨੀਆਂ 'ਚ ਆਹ ਸਭ ਕੁਛ ਚੱਲਦਾ ਰਹਿੰਦਾ। ਜੇ ਤੂੰ ਆਪਣੀ ਵੀਰੇ ਦੀ ਟੈਨਸ਼ਨ ਲੈ ਰਿਹਾ, ਉਹਦੀ ਟੈਨਸ਼ਨ ਤਾਂ ਬਿਲਕੁਲ ਨਾ ਲੈ। ਨਹੀਂ ਭਾਬੀ, ਮੈਨੂੰ ਕਿਸੇ ਦੀ ਟੈਨਸ਼ਨ ਨਹੀਂ ਹੈਗੀ, ਪਰ ਮੈਂ ਇਹੋ ਜਿਹਾ ਕੰਮ ਕਰਨੀ ਨਹੀਂ ਹੈਗਾ,
ਉਹ ਮੈਂ ਵੀਰੇ ਨਾਲ ਇੱਕੋ ਥਾਲੀ 'ਚ ਖਾਧਾ ਅਤੇ ਤੈਨੂੰ ਕੀ ਲੱਗਦਾ ਮੈਂ ਉਹਦੇ ਨਾਲ ਗਦਾਰੀ ਕਰੂੰਗਾ? ਨਹੀਂ ਭਾਬੀ, ਇੱਦਾਂ ਨਹੀਂ ਹੋ ਸਕਦਾ ਯਾਰ। ਆ ਕੁਛ ਤਾਂ ਚੱਲਦਾ ਰਹਿੰਦਾ ਯਾਰ, ਮਾਰ ਚੱਲਦੀ ਰਹਿੰਦੀ ਆ, ਤੂੰ ਟੈਨਸ਼ਨ ਨਾ ਲੈ। ਨਹੀਂ ਭਾਬੀ, ਇਹ ਜਿਹੀ ਹਰਕਤ ਨਾ ਕਰ ਮੇਰੇ ਨਾਲ, ਘੱਟੋ ਘੱਟ ਤੂੰ ਮੇਰੀ ਉਮਰ ਦਾ ਲਿਹਾਜ਼ ਹੀ ਕਰ ਲੈ। ਫਿਰ ਕੀ ਹੋ ਗਿਆ, ਸਾਡੇ ਵਿਆਹ ਨੂੰ 4 ਸਾਲ ਹੀ ਹੋਏ ਨੇ, ਬਹੁਤਾ ਕੋਈ ਟਾਈਮ ਤਾਂ ਨਹੀਂ ਹੋਇਆ। ਮੈਂ ਚੱਲਿਆ ਭਾਬੀ, 4 ਸਾਲ ਹੋਣੇ ਜਾਂ 6 ਸਾਲ ਹੋਏ ਨੇ, ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ। ਬਾਵੇ, ਆਪਣੇ ਵੀਰੇ ਨੂੰ ਨਾ ਦੱਸੀ। ਇੰਨੀ ਮਿੱਟੀ ਪਤਾ ਨਹੀਂ ਕਿੱਥੋਂ ਹੋਈ ਲੱਗੇ ਬਾਈ। ਇਹਦੇ ਨਹੀਂ ਕਿਤੇ ਬਾਈ ਜੱਗੇ। ਫਤਿਹ ਆਜਾ ਆਜਾ ਫਤਿਹ। ਜੱਗਾ ਕਿੱਥੇ ਆ? ਉਹ ਤਾਂ ਹੈ ਨਹੀਂ, ਬਾਹਰ ਗਏ ਹੋਏ ਸੀਗੇ। ਬਾਹਰ ਮੈਨੂੰ ਤਾਂ ਫੋਨ ਕਰਿਆ ਸੀਗਾ ਨਾ, ਮੈਂ ਘਰੇ ਆਉਣਾ, ਤੂੰ ਘਰੇ ਚੱਲ। ਪਤਾ ਨਹੀਂ, ਫਿਰ ਮੈਨੂੰ ਤਾਂ ਕੋਈ ਕਾਲ ਨਹੀਂ ਆਈ ਹੈਗੀ ਉਹਨਾਂ ਦੀ। ਚੱਲ ਫਿਰ ਮੈਂ ਫੇਰ ਆ ਜਾਊਂਗਾ। ਫਤਿਹ ਰੁਕ ਜਾ ਤੁਸੀਂ ਥੋੜੀ ਦੇਰ, ਮੈਂ ਚਾਹ ਬਣਾ ਦਿੰਦੀ ਆ। ਮੈਂ ਰੁਕਦਾ ਚੰਗਾ ਨਹੀਂ ਲੱਗਦਾ, ਜੱਗਾ ਬਾਈ ਕੀ ਸੋਚੂਗਾ। ਕੋਈ ਨਾ, ਹਜੇ ਤਾਂ ਆਉਂਦੇ ਨਹੀਂ ਹੈਗੇ ਉਹ, ਤੁਸੀਂ ਬੈਠੋ ਆ ਜਾਓ। ਬਾਈ ਦੀ ਵੀ ਕਮਾਲ ਆ ਯਾਰ। ਹੋਰ ਸੁਣਾ ਫਤਿਹ। ਕੀ ਸੁਣਾਵਾਂ, ਬਾਕੀ ਰਹਿ ਗਿਆ ਜੇ ਕੁਛ ਸੁਣਾਉਣ ਨੂੰ? ਫਤਿਹ ਮੈਂ ਖੁਸ਼ ਨਹੀਂ ਹੈਗੀ। ਮੈਂ ਤਾਂ ਉਦੋਂ ਹੀ ਦੇਖ ਲਿਆ ਸੀ ਜਿਹੜਾ ਤੂੰ ਲੁਕੋ ਰਹੀ ਸੀ ਮੈਥੋਂ, ਮੈਨੂੰ ਤਾਂ ਸਾਫ਼ ਸਾਫ਼ ਦਿਖ ਰਿਹਾ ਸੀ ਵੀ ਕਿੰਨੇ ਕੁ ਖੁਸ਼ ਆ ਤੂੰ। ਫਤਿਹ ਮੈਂ ਕੀ ਕਰਾਂ, ਮੇਰੀ ਮਜਬੂਰੀ ਸੀ ਤੈਨੂੰ ਛੱਡਣਾ, ਤੂੰ ਕਿਉਂ ਨਹੀਂ ਸਮਝਦਾ? ਮੈਨੂੰ ਕੋਈ ਲਾਲਚ ਨਹੀਂ ਸੀ ਇਹਨਾਂ ਦੀ ਜ਼ਮੀਨ ਜਾਇਦਾਦ ਤੋਂ, ਪੈਸੇ ਤੋਂ। ਚਲੇ ਸਭ ਤਾਂ ਹੋਇਆ, ਹੁਣ ਖੁਸ਼ ਕਿਉਂ ਨਹੀਂ? ਖੁਸ਼ ਤੈਨੂੰ ਕੀ ਦੱਸਾਂ, ਹਰ ਵਾਰੀ ਮੇਰੇ ਨਾਲ ਲੜੀ ਜਾਣਾ ਉਹਨਾਂ ਨੇ, ਕਦੀ ਕਿਹੜੀ ਗੱਲ ਤੋਂ ਲੜ ਪੈਣਾ, ਕਦੀ ਕਿਹੜੀ ਗੱਲ ਤੋਂ, ਨਿੱਕੀ ਨਿੱਕੀ ਗੱਲ ਤੇ ਰੋਜ਼ ਲੜਾਈ ਹੋਣੀ, ਮੈਨੂੰ ਪਸੰਦ ਨਹੀਂ। ਲੜਾਈਆਂ ਕਿਹੜੇ ਘਰਾਂ 'ਚ ਨਹੀਂ ਹੁੰਦੀਆਂ? ਜੇ ਹੁਣ ਪਸੰਦ ਕੀਤਾ ਉਹਦੇ ਨਾਲ ਰਹਿਣਾ ਵੀ ਪਊਗਾ, ਲੜਾਈਆਂ ਵੀ ਸਹਿਣੀਆਂ ਪੈਣਗੀਆਂ। ਯਾਰ ਫਤਿਹ ਤੂੰ ਮੇਰੀ ਗੱਲ ਨੂੰ ਸਮਝ, ਮੈਂ ਇੰਨੇ ਪੈਸੇ ਜਾਇਦਾਦ ਦਾ ਕੀ ਫਾਇਦਾ ਜਿੱਥੇ ਬੰਦਾ ਖੁਸ਼ ਹੀ ਨਹੀਂ ਹੈ, ਆਪਣੀ ਕੋਈ ਖੁਆਇਸ਼ ਨਹੀਂ ਪੂਰੀ ਕਰ ਸਕਦਾ। ਪਹਿਲਾਂ ਇਹ ਚੀਜ਼ ਤੋਂ ਦੁਖੀ ਸੀ ਵੀ ਮੇਰੇ ਕੋਲ ਪੈਸਾ ਨਹੀਂ ਹੈਗਾ, ਵੀ ਪੈਸੇ ਬਿਨਾਂ ਤਾਂ ਕੋਈ ਖੁਸ਼ੀਆਂ ਨਹੀਂ, ਹੁਣ ਤਾਂ ਤੇਰੇ ਲਵੇ ਸਾਰਾ ਕੁਛ ਹੈ, ਹਜੇ ਵੀ ਖੁਸ਼ੀਆਂ ਨਹੀਂ ਹੈਗੀਆਂ। ਫਿਰ ਤਾਂ ਫਤਿਹ ਔਰਤ ਦੀਆਂ ਹੋਰ ਵੀ ਕਈ ਜ਼ਰੂਰਤਾਂ ਹੁੰਦੀਆਂ ਨੇ, ਇਕੱਲਾ ਪੈਸੇ ਹੀ ਨਹੀਂ ਮੈਟਰ ਕਰਦਾ। ਅੱਛਾ, ਜੇ ਪੈਸਾ ਨਹੀਂ ਮੈਟਰ ਕਰਦਾ ਤਾਂ ਫਿਰ ਮੈਨੂੰ ਛੱਡ ਕੇ ਕਿਉਂ ਗਈ ਸੀ? ਮੇਰੇ ਨਾਲ ਹੀ ਵਿਆਹ ਕਰਾ ਲੈਂਦੀ ਨਾ, ਖੁਸ਼ ਤਾਂ ਰਹਿੰਦੀ। ਫਤਿਹ ਨਾਲੇ ਹੁਣ ਕਿਸ ਚੀਜ਼ ਦੀ ਕਮੀ ਹੈ? ਤੂੰ ਮੇਰੀ ਗੱਲ ਨੂੰ ਸਮਝਣਾ, ਔਰਤ ਵੀ ਚਾਹੁੰਦੀ ਹੈ ਕਿ ਉਹਦਾ ਘਰ ਵਾਲਾ ਉਹਦੀ ਕੇਅਰ ਕਰੇ, ਉਹਨੂੰ ਪਿਆਰ ਕਰੇ, ਉਹਦੇ ਨਾਲ ਦੁੱਖ ਸੁੱਖ ਸਾਂਝੇ ਕਰੇ, ਪਰ ਮੇਰੇ ਨਾਲ ਮੈਂ ਤਾਂ ਇਕੱਲੀ ਰਹਿ ਗਈ ਨਾ। ਜੇ ਉਹਨਾਂ ਨਾਲ ਪਿਆਰ ਨਾਲ ਗੱਲ ਕਰਦੀ ਹਾਂ ਤਾਂ ਅੱਗੋਂ ਗੁੱਸੇ ਨਾਲ ਜਵਾਬ ਦੇਣਾ ਮੈਨੂੰ ਨਹੀਂ ਪਸੰਦ ਯਾਰ ਮੈਨੂੰ। ਫਿਰ ਇਸ ਦੇ ਵਿੱਚ ਹੁਣ ਮੈਂ ਕੀ ਕਰ ਸਕਦਾ? ਫਤਿਹ
ਮੈਂ ਤਾਂ ਬਸ ਤੈਨੂੰ ਇੰਨਾ ਹੀ ਕਹਿਣਾ ਚਾਹੁੰਦੀ ਆ ਕਿ ਆਪਾਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੀਏ। ਇਹ ਕੀ ਬੋਲ ਰਹੀ ਹੈ ਯਾਰ ਤੂੰ? ਆਪਾਂ ਹੁਣ ਇੰਨਾ ਅੱਗੇ ਆ ਚੁੱਕੇ ਆ ਵੀ ਹੁਣ ਪਿੱਛੇ ਮੁੜਨ ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ। ਜੇ ਬੰਦੇ 'ਚ ਹਿੰਮਤ ਹੋਵੇ ਨਾ ਬੰਦਾ ਕੀ ਕੁਛ ਨਹੀਂ ਕਰ ਸਕਦਾ। ਹੁਣ ਤੂੰ ਕੀ ਚਾਹੁੰਦੀ ਆ ਵੀ ਮੈਂ ਤੈਨੂੰ ਭਜਾ ਕੇ ਲੈ ਜਾ? ਨਾ ਫਤਿਹ, ਮੈਂ ਤੈਨੂੰ ਐਵੇਂ ਤਾਂ ਨਹੀਂ ਕਿਹਾ। ਨਾਲੇ ਪਿਆਰ ਦਾ ਤਾਂ ਇਹੀ ਮਤਲਬ ਹੁੰਦਾ ਕਿ ਜਿਹਨੂੰ ਆਪਾਂ ਪਿਆਰ ਕਰਦੇ ਹੋਈਏ ਉਹ ਖੁਸ਼ ਰਵੇ, ਤੇ ਮੈਂ ਉਹੀ ਕੁੜੀ ਆ ਜੋ ਆਪਣੀ ਜ਼ਿੰਦਗੀ 'ਚ ਖੁਸ਼ ਨਹੀਂ ਆ, ਤੇ ਅੱਜ ਵੀ ਮੈਂ ਉਹੀ ਆ। ਤੈਨੂੰ ਓਨਾ ਹੀ ਪਿਆਰ ਕਰਦੀ ਆ ਮੈਂ। ਮੇਰੀ ਗੱਲ ਨੂੰ ਸਮਝ ਫਤਿਹ। ਪਿਆਰ ਤਾਂ ਮੈਂ ਵੀ ਤੈਨੂੰ ਬਹੁਤ ਕਰਦਾ ਸੀ ਜਦ ਤੂੰ ਛੱਡ ਕੇ ਗਈ ਆ। ਤੈਨੂੰ ਪਤਾ ਮੈਂ ਆਪਦੇ ਆਪ ਨੂੰ ਕਿਵੇਂ ਸੰਭਾਲਿਆ, ਫਤਿਹ ਕਿਵੇਂ ਇੱਥੇ ਤੱਕ ਲੈ ਕੇ ਆਏ ਆਪਦੇ ਆਪ ਨੂੰ। ਮੈਨੂੰ ਪਤਾ ਵੀ ਤੇਰੀ ਜ਼ਿੰਦਗੀ 'ਚ ਬਹੁਤ ਕੁਛ ਹੋਇਆ, ਪਰ ਪਿਛਲੀਆਂ ਗੱਲਾਂ ਨੂੰ ਹੁਣ ਤੋਂ ਭੁੱਲ ਜਾ। ਮੈਂ ਤੇਰੇ ਮੂਹਰੇ ਹੱਥ ਜੋੜਦੀ ਆ। ਓਏ ਹੱਥ ਕਿਉਂ ਜੋੜਦੀ ਆ? ਹੁਣ ਤੂੰ ਮੈਨੂੰ ਐਂ ਦੱਸ ਮੈਂ ਤੈਨੂੰ ਕਿਵੇਂ ਖੁਸ਼ ਰੱਖ ਸਕਦਾ, ਮੈਂ ਕੀ ਕਰਾਂ? ਤੂੰ ਉਰੇ ਰਹਿਣ ਲੱਗ ਜਾ ਨਾ ਫਤਿਹ। ਪਾਗਲ ਹੋਈ ਆ ਯਾਰ, ਉਰੇ ਕਿਵੇਂ ਰਹਿਣ ਲੱਗ ਜਾ? ਮੈਂ ਕੱਲ ਦੋ ਦਿਨਾਂ ਦਾ ਜਾਣਦਾ ਇਹਨੂੰ। ਤੂੰ ਐਵੇਂ ਕਹਿਣਾ ਫਤਿਹ ਕਿ ਜਿਹੜੇ ਕਿਰਾਏ ਦੇ ਘਰ ਤੇ ਤੂੰ ਰਹਿਣਾ ਵੀ ਮੈਨੂੰ ਉੱਥੋਂ ਕੱਢਤਾ। ਵੈਸੇ ਵੀ ਜਦੋਂ ਸੌਦਾ ਹੋ ਜੂਗਾ ਉਦੋਂ ਤੂੰ ਕਹਿ ਦੇ ਵੀ ਬਾਈ ਮੈਂ ਕੋਈ ਨਾ ਲੰਘ ਜੂੰਗਾ। ਤੂੰ ਇੱਥੇ ਰਹਿ, ਮੇਰੀ ਗੱਲ ਮੰਨ, ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਉਰੇ ਮਨਾ ਲਾ। ਮੈਨੂੰ ਦੁਵਿਧਾ ਦੇ ਵਿੱਚ ਫਸਾ ਦਾ। ਇੱਕ ਪਾਸੇ ਮੇਰਾ ਪਿਆਰ ਹੈ, ਦੂਜੇ ਪਾਸੇ ਉਹ ਭੋਲਾ ਇਨਸਾਨ। ਚੱਲ ਕੋਈ ਨਾ, ਕਰਦਾ ਮੈਂ ਬਾਈ ਨਾਲ ਗੱਲ। ਠੀਕ ਹੈ। ਉਹ ਫਤਿਹ, ਗੱਲ ਪਤਾ ਕੀ ਆ, ਸੌਦਾ ਤਾਂ ਆਪਣਾ ਬਣ ਗਿਆ ਸੀ, ਉਹ ਸਾਰਾ ਨਾ ਕਿਸੇ ਬਾਣੀ ਦੀ ਚੱਕ 'ਚ ਆ ਗਿਆ, ਨਹੀਂ ਤਾਂ ਸੌਦਾ ਆਪਣਾ ਬਸ ਇੱਟ ਵਰ ਗਿਆ। ਤੈਨੂੰ ਪਤਾ ਤਾਂ ਹੈਗਾ। ਉਹ ਯਾਰ ਬਾਈ, ਕਿਹੜੇ ਇੱਟਾਂ ਕਿਹੜੇ ਬੱਟੇ, ਹਫ਼ਤਾ ਹੋ ਗਿਆ ਗੱਲ ਲੰਕਦੀ ਨੂੰ। ਮੈਂ ਤਾਂ ਤੈਨੂੰ ਐਂ ਕਹਿਣਾ ਵੀ ਇੱਥੇ ਘਰ ਦੇ ਲੇਵੇ ਲਾਉਣੇ ਦੇਖ ਲਾ ਕੋਈ, ਜੇ ਉਹ ਨਹੀਂ ਬਣਦਾ ਸੌਦਾ ਮੈਨੂੰ ਵੀ ਐਂ ਚੰਗਾ ਨਹੀਂ ਲੱਗਦਾ ਇੱਥੇ ਰਹਿਣਾ ਬਾਈ ਯਾਰ। ਉਹ ਪਤੰਦਰਾ, ਉਹ ਜਦੋਂ ਮੈਨੂੰ ਇਤਰਾਜ਼ ਨਹੀਂ ਪਰ ਤੂੰ ਕਿਉਂ ਕਰੀਏ ਨਾ, ਰਹਿ ਯਾਰ ਕੋਈ ਗੱਲ ਨਹੀਂ, ਜਦੋਂ ਸੌਦਾ ਬਣ ਗਿਆ ਆਪਾਂ ਕਰਵਾ ਦਾਂਗੇ, ਨਾਲੇ ਆਪਣੇ ਪਿਆ ਲਾਗੇ ਕੋਈ ਦੇਖ ਲੂੰਗਾ ਮੈਂ ਕੋਈ। ਦੇਖ ਜੇ ਤਾਂ ਉਹ ਸੌਦਾ ਬਣਦਾ ਉਹਦੇ ਵਰਗੀ ਤਾਂ ਰੀਸ ਨਹੀਂ, ਜੇ ਉਹ ਬਾਈ ਉਈ ਅੜੀ ਜਾਂਦੇ ਨੇ ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ। ਤੂੰ ਇੱਥੇ ਲਵੇ ਲਾਉਣੇ ਦੇਖ, ਛੋਟਾ ਮੋਟਾ ਕਰ ਵੀ ਚੱਲ ਜੂ। ਠੀਕ ਆ, ਆਹੋ ਫਿਲਹਾਲ ਹੈ ਹੀ ਤੂੰ ਹਲੇ ਇਕੱਲਾ ਹੀ ਆ। ਪਾਣੀ ਵੀ ਲਿਆ ਤੂੰ। ਅੱਜ ਜਾਣਾ ਜੇ ਡਿਊਟੀ ਤੇ ਤੁਸੀਂ? ਬਾਈ ਹੋਰ ਗੱਲਾਂ ਦੀਆਂ ਗੱਲਾਂ, ਦਾਲ ਸਬਜ਼ੀ ਤਾਂ ਨਾ ਬਾਹਲੀ ਸਵਾਦ ਬਣਾਉਣੀ। ਅੱਜ ਦਾ ਸੰਡ ਕੱਢੇ ਪੈਣੇ ਮਾਰੀ ਧੀ ਨੇ, ਪੁੱਛ ਨਾ। ਸੰਡ ਕੀ ਹੁੰਦੇ ਨੇ? ਹੈਂ ਉਹ ਮਤਲਬ ਕਿਵੇਂ ਕਹਿ ਨਹੀਂ ਦਿੰਦੇ ਆਪਾਂ, ਚਿੱਬ ਵੀ ਮਤਲਬ ਘੈਂਟ ਵਧੀਆ ਬਣਾਤੀ। ਉਹ ਪਤਿੰਦਰਾ, ਪਿੰਡਾਂ ਦਾ ਮੁੰਡਾ ਹੋ ਕੇ ਤੈਨੂੰ ਇਹ ਚੀਜ਼ਾਂ ਨਹੀਂ ਪਤਾ ਹੈਗਾ, ਉਹ ਤਾਂ ਆਮ ਬੋਲੀ ਜਾਂਦੀ ਨੀ। ਦੱਸ, ਉਹ ਮੈਨੂੰ ਐਂ ਲੱਗਿਆ ਮੈਨੂੰ ਗਲਤ ਜਿਹਾ ਸੁਣ ਗਿਆ। ਅੱਛਾ, ਪਹਿਲਾਂ ਤਾਂ ਲੂਣ ਮਿਰਚ ਦਾ ਘੱਟ ਵੱਧ ਪਾ ਦਿੰਦੀ ਸੀ ਪਰ ਹੁਣ ਤਾਂ ਬਹੁਤ ਹੱਥ 'ਤੇ ਸੁਧਾਰ ਆ ਗਿਆ। ਅਤੇ ਸੱਚ ਪੁੱਛੇ ਪਤਾ ਨਹੀਂ ਭਾਈ ਤੇਰੇ ਕੋਲੋਂ ਬੇਇੱਜ਼ਤੀ ਮਿਣਦੀ ਹੋਈ
ਤਾਂ ਕਰਕੇ ਵਧੀਆ ਬਣਾਉਣ ਲੱਗ ਗਈ। ਮੈਂ ਤਾਂ ਲੜ ਪਾਉਂਦਾ ਸੀ ਇਹਦੇ ਨਾਲ। ਉਹ ਤਾਂ ਮੈਂ ਦੇਖ ਲਿਆ ਸੀ ਬਾਈ, ਲੜਦਾ ਤਾਂ ਤੂੰ ਹੈਗਾ ਸੀ। ਉਹ ਬੱਚਾ ਤਾਂ ਇੰਨੀ ਟੰਮੀ ਹੈ ਵੀ ਵਿੱਚ ਲੜਾਈ ਚੱਲਦੀ ਰਹਿੰਦੀ ਹੈ। ਉਹ ਤਾਂ ਮੇਰੇ ਸਾਹਮਣੇ ਤਾੜਤਾ ਸੀਗਾ। ਉਹ ਫਿਰ ਹੁਣ ਚੱਲ ਹੁਣ ਤੂੰ ਕਿਹੜਾ ਬਾਹਰ ਲੈ ਯਾਰ, ਹੁਣ ਤੈਨੂੰ ਪਤਾ ਸਭ ਕੁਛ। ਜੇ ਇੰਨਾ ਤਾਂ ਨਾ ਤਾੜੀ ਨਾ ਸੱਚ ਗਲੀ ਕਰ ਦਿੰਦੇ ਨੇ। ਤੇਰੀ ਗੱਲ ਵੀ ਸਹੀ, ਇਹਨਾਂ ਝਟਕੇ ਠੀਕ ਰਹਿੰਦੇ ਨੇ। ਉਹ ਮੈਨੂੰ ਅਜੇ ਪਤਾ ਨਹੀਂ ਬਾਈ ਮੇਰਾ ਕਿਹੜਾ ਹੋਇਆ ਪਿਆ, ਜਦੋਂ ਹੋਇਆ ਉਦੋਂ ਦੇਖਾਂਗੇ। ਅੱਜ ਤਾਂ ਪੂਰੇ ਕੁਛ ਨਾ, ਤਾਂ ਹੀ ਤਾਂ ਮੈਂ ਘਰ ਬਾਰ ਦੇਖਦਾ ਫਿਰਦਾ। ਕੀਰਤ ਅੱਜ ਤਾਂ ਤੁਸੀਂ ਕਮਾਲ ਕਰਤੀ ਬਈ, ਦਾਲ ਸਬਜ਼ੀ ਦੇ ਛੰਡ ਕੱਢੇ ਪਏ ਅੱਜ ਤਾਂ ਪੂਰੇ ਸਵਾਦ। ਮੈਂ ਕਿਹਾ ਜੀ ਪੁੱਛਣ ਦੀ ਲੋੜ ਹੀ, ਕਹਿਣ ਦੀ ਬਹੁਤ ਸਵਾਦ ਆ। ਦਿਨੋਂ ਦਿਨ ਤੁਹਾਡੇ ਹੱਥ ਦੀ ਸਫਾਈ ਹੁੰਦੀ ਜਾਂਦੀ ਆ। ਠੀਕ ਹੈ ਜੀ, ਰੋਟੀ ਹੋਰ ਲਿਆਵਾਂ? ਬਸ ਮੈਨੂੰ ਹੱਕ ਮਾਰ ਲਿਓ ਜੀ ਕਿਸੇ ਚੀਜ਼ ਦੀ ਲੋੜ ਹੋਈ। ਕੋਈ ਨਾ ਮੈਂ ਹੱਕ ਮਾਰ ਲੂੰਗਾ। ਹੈ ਫਤਿਹ ਬਾਈ? ਹਾਂ ਬਾਈ, ਮੈਂ ਐਂ ਕਹਿੰਦਾ ਸੀਗਾ, ਮੈਂ ਜਿਹੜਾ ਉਹ ਆਪਣਾ ਸੌਦਾ ਚੱਲ ਰਿਹਾ, ਮੈਂ ਉਹਦੇ ਨਾਲ ਰਲ ਕੇ ਨਾ ਬਹਿ ਕੇ ਉਹਦੇ ਨਾਲ ਇਕੱਲੇ ਬਹਿ ਕੇ ਗੱਲ ਕਰਦੇ ਹਾਂ। ਨਾਲੇ ਆਹ ਫੋਨਾਂ 'ਤੇ ਗੱਲ ਨਹੀਂ ਹੁੰਦੀਆਂ ਹੈਗੀਆਂ, ਜਦੋਂ ਨਾਲ ਬਹਿ ਕੇ ਗੱਲ ਕਰੀ ਉਹ ਤਾਂ ਆਪ ਹੀ ਮੰਨੂਗਾ ਚੜਾ ਦਾ ਕਿਸੇ ਉਂਗਲ 'ਤੇ ਹੋਇਆ ਕਿਸੇ ਦੇ ਬੰਦੇ 'ਤੇ। ਕਰ ਲਈ ਗੱਲ ਬਾਈ, ਜਿਵੇਂ ਵੀ ਤੁਹਾਨੂੰ ਲੋਟ ਲੱਗਦਾ ਯਾਰ। ਜਾਣਾ ਤਾਂ ਅੱਜ ਡਿਊਟੀ? ਹਾਂ ਹਾਂ ਜਾਂਦਿਆਂ ਮੈਂ। ਅੱਛਾ ਤੂੰ ਖਾ ਵੀ ਲਈ? ਬਸ ਬਹੁਤ ਅਡਕ ਲਿਆ। ਚੱਲ ਠੀਕ ਹੈ ਫਿਰ ਮੈਂ ਚੱਲਦਾ। ਠੀਕ ਹੈ, ਓਕੇ ਬਾਈ। ਆਹ ਚੁਕਾ ਦੀ ਭਾਂਡੇ ਹਨਾ? ਕੋਈ ਨਾ ਕੋਈ ਨਾ, ਕਹਿ ਦੀ ਘਰੇ ਆਉਂਗਾ ਮੈਂ, ਫਿਰ ਮੈਂ ਮਿਲ ਕੇ ਦੱਸੂ ਤੈਨੂੰ। ਠੀਕ ਹੈ? ਹਾਂ ਹਾਂ ਕਰ ਕਹਿਣਾ ਬਾਈ। ਦਾਲ ਤਾਂ ਨਾ ਬਹੁਤ ਸਵਾਦ ਲੱਗੀ। ਜਾਦੂ ਪਹਿਲਾਂ ਕਿੱਥੇ ਗਿਆ ਸੀ? ਜਾਦੂ ਮੇਰੇ ਆਉਣ ਨਾਲ ਹੀ ਹੋਇਆ ਲੱਗਦਾ। ਉਹ ਤਾਂ ਮੈਨੂੰ ਬੜੀਆਂ ਤਾਰੀਫਾਂ ਕਰਕੇ ਗਿਆ ਵੀ ਪਹਿਲਾਂ ਤਾਂ ਲੂਣ ਮਿਰਚ ਘੱਟ ਵੱਧ ਪਾ ਦਿੰਦੀ ਸੀ, ਐ ਕਰ ਦਿੰਦੀ ਸੀ, ਵਾਹ ਕਰ ਦਿੰਦੀ ਸੀ। ਹੁਣ ਕੀ ਗੱਲ ਆ ਫਤਿਹ, ਲੜਨ ਦੇ ਬਹਾਨੇ ਚਾਹੀਦੇ ਹੁੰਦੇ ਨੇ ਬਸ, ਹੋਰ ਕੁਛ ਨਹੀਂ। ਅੱਛਾ ਵੈਸੇ ਹਾਂ ਥੋੜਾ ਤੁਹਾਡੇ ਕਰਕੇ ਵੀ ਫਰਕ ਪਿਆ ਵੈਸੇ। ਲੈ ਫਿਰ ਆ ਰੋਟੀ। ਵੈਸੇ ਨਾ ਮੇਰਾ ਵੀ ਇੱਕ ਸੁਪਨਾ ਸੀ ਜ਼ਿੰਦਗੀ 'ਚ ਜਿਹੜਾ ਅਧੂਰਾ ਰਹਿ ਗਿਆ ਸੀ, ਵੀ ਆਪਣਾ ਘਰ ਹੋਵੇ, ਤੂੰ ਮੇਰੇ ਲਈ ਰੋਟੀ ਲੈ ਕੇ ਆਵੇਂ ਆਪਦੇ ਹੱਥਾਂ ਨਾਲ ਬਣਾ ਕੇ, ਮੇਰੇ ਸਾਹਮਣੇ ਬੈਠ ਕੇ ਨਾ ਮੈਨੂੰ ਖਵਾਵੇਂ, ਮੈਂ ਤੈਨੂੰ ਖਵਾਵਾਂ। ਉਹ ਸੁਪਨਾ ਨਾ ਹੁਣ ਮੇਰਾ ਪੂਰਾ ਹੋ ਗਿਆ। ਐਵੇਂ ਕਿਵੇਂ ਪੂਰਾ ਹੋ ਗਿਆ, ਹੋਇਆ ਹੀ ਨਹੀਂ ਹਜੇ। ਮੈਂ ਤਾਂ ਖਵਾਉਣਾ ਹੀ ਭੁੱਲ ਗਈ ਤੁਹਾਨੂੰ। ਤਾਂ ਹੀ ਤਾਂ ਮੈਂ ਕਿਹਾ ਵੀ ਕਹਿ ਕੇ ਵੀ ਮੈਨੂੰ ਖਵਾ, ਤੂੰ ਖਵਾਵੇਂਗੀ। ਆ ਲਓ ਹੁਣ ਹੋਇਆ ਨਾ ਪੂਰਾ। ਜਾਗਦੇ ਹੋ? ਬੇਹੋਸ਼ ਤਾਂ ਨਹੀਂ ਹੋਏ? ਹੋਰ ਰੋਟੀ ਲਿਆਵਾਂ ਮੈਂ? ਬਸ ਰੱਜ ਆ ਗਿਆ ਹੁਣ ਤਾਂ ਲਾਸਟ ਬੁਰਕੀ ਨਾਲ ਹੀ ਨਾ ਦੋ ਰੋਟੀਆਂ ਜੰਨੀ। ਅੱਛਾ ਚਲੋ ਪਾਣੀ ਪੀਓ ਫਿਰ ਫਟਾਫਟ, ਮੈਂ ਭਾਂਡੇ ਲੈ ਜਾਂਦਾ। ਕੋਈ ਨਾ ਮੈਂ ਚੱਕ ਲਿਆਉਂ, ਇੰਨਾ ਕੰਮ ਵੀ ਕਰਾਈ ਸਕਦਾ। ਕੋਈ ਨਾ ਖਾ ਲਓ ਤੁਸੀਂ ਆਰਾਮ ਨਾਲ। ਮੈਂ ਤਾਂ ਵਧੀਆ ਯਾਰ, ਉਹ ਤੂੰ ਤਾਂ 15 ਮੈਨੂੰ ਕਦੇ ਘਰੀ ਨੀ ਮਿਲਿਆ।
ਅੱਜ ਪਹਿਲੀ ਵਾਰ ਮਿਲੇ ਆ। ਉਹ ਤੈਨੂੰ ਪਤਾ ਤਾਂ ਹੈਗਾ ਮੇਰੇ ਕੰਮ ਕਰਨ ਦਾ ਯਾਰ, ਕਿਤੇ ਇੱਧਰ ਕਿਤੇ ਉੱਧਰ, ਸਾਰਾ ਦਿਨ ਕੁੱਤੇ ਭਗਾਈ ਕਰਦਾ ਰਹਿੰਦਾ। ਚੱਲ ਕੋਈ ਨਾ, ਆ ਜਾ ਬਹਿ ਜਾ। ਚੱਲ ਬਹਿ ਜਾਂਦੇ ਆ। ਉਹ ਮੈਨੂੰ ਭਰਜਾਈ ਨੇ ਵੀ ਦੱਸਿਆ ਤੇਰੀ ਨੇ, ਹਾਂ ਕਹਿੰਦੀ ਬਾਬਾ ਬਾਈ ਆਇਆ ਸੀ ਦੋ ਤਿੰਨ ਨਾ ਕਹੀ ਮੁੜ ਗਿਆ। ਓਏ ਹੋਰ, ਇਹੋ ਜਿਹਾ ਕੀ ਕੰਮ ਸੀਗਾ? ਉਹ ਬਾਈ ਮੈਨੂੰ ਕਚਹਿਰੀ 'ਚ ਤੇਰੀ ਥੋੜ੍ਹੀ ਜਿਹੀ ਲੋੜ ਸੀਗੀ, ਗਵਾਹੀ ਜਭਰਾਉਣੀ ਸੀਗੀ। ਅੱਛਾ, ਤਾਂ ਹੀ ਫੋਨ ਕਰਦਾ, ਮੈਨੂੰ ਪਤਾ ਨਹੀਂ ਜੀ, ਮੈਂ ਯਾਰ ਮੈਨੂੰ ਨਹੀਂ ਪਤਾ ਸੀਗਾ ਵੀ ਤੇਰਾ ਨੰਬਰ ਹੈ। ਉਹ ਮੈਂ ਤਾਂ ਫੋਨ ਜਾ ਵੀ ਕਿੰਨੇ ਵਾਰ ਕਰਿਆ। ਅੱਛਾ, ਮੈਂ ਫੋਨ ਫਾਨੀ ਚੱਕਿਆ, ਮੈਂ ਘਰੇ ਆ ਗਿਆ, ਘਰੇ ਤੂੰ ਮੈਨੂੰ ਮਿਲਣੀ। ਅੱਛਾ, ਚੱਲ ਛੱਡ ਬਈ ਗੱਲਾਂ ਨੂੰ ਤਾਂ, ਮੈਂ ਤਾਂ ਤੇਰੇ ਕੋਲੇ ਕੋਈ ਪਤੀ ਦੀ ਗੱਲ ਲੈ ਕੇ ਆਇਆ। ਪਤੀ ਦੀ? ਆਹੋ। ਇਹ ਜਿਹਾ ਕਿਹੜਾ ਪਤਾ ਲਿਆ ਤੂੰ? ਭਰਜਾਈ ਕਿੱਥੇ ਹੈ? ਉਹ ਭਰਜਾਈ ਤਾਂ ਦਵਾਈ ਲੈਣ ਗਈ ਹੋਈ ਆ। ਕਿਹਦੇ ਨਾਲ? ਉਹ ਆਪਣੇ ਮੁੰਡਾ ਰਹਿੰਦਾ ਨਹੀਂ ਫਤਿਹ, ਉਹ ਯਾਰ ਕਾਹਨੂੰ, ਮੈਂ ਗਿਆ ਸੀ ਬਾਹਰ, ਮੈਂ ਉਹਨੂੰ ਕਹਿਤਾ ਮੈਂ ਚੱਲ ਤੂੰ ਡਿਊਟੀ 'ਤੇ ਜਾਣਾ ਉੱਧਰ ਸ਼ਹਿਰ, ਮੈਂ ਚੱਲ ਜੇ ਭਰਜਾਈ ਨੂੰ ਉੱਤਕ ਲੈ ਜਾਈ, ਆਉਂਦਾ ਹੈ ਮੈਂ ਲੈ ਆਊਂਗਾ। ਉਹ ਬਾਈ ਉਹ ਤਾਂ ਗੱਲ ਤੇਰੀ ਠੀਕ ਹੈ, ਤੈਨੂੰ ਫਤਿਹ ਬਾਰੇ ਪਤਾ ਵੀ ਹੈ ਕੌਣ ਹੈ ਕਿੱਥੋਂ ਆ ਕੀ ਗੱਲਬਾਤ ਹੈ। ਉਹ ਪਤਿੰਦਰ ਮੈਂ ਅੱਜ ਕਿਉਂ ਨੂੰ ਲਾ ਕੇ ਉਹਦਾ ਰਾਸ਼ਨ ਕਾਰਡ ਬਣਾਉਣਾ, ਮੈਂ ਕੀ ਕਰਨਾ? ਉਹ ਤਾਂ ਆਪਣੇ ਵਿਚਾਰਾ ਕਿਰਾਏਦਾਰ ਵਾਂਗੂ ਇੱਥੇ ਰਹਿਣਾ ਸੀ, ਉਹ ਕਿਰਾਏਦਾਰ 'ਤੇ ਰਹਿੰਦੇ, ਉਹਨੂੰ ਕੱਢਤਾ। ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਚਾਰ ਪੰਜ ਦਿਨ ਆਪਣੇ ਘਰੇ ਰਹਿ ਜਾ, ਕਿੱਡੀ ਗੱਲ ਆ। ਠੀਕ ਹੈ, ਤਾਂ ਕਰਕੇ ਘਰੇ ਰੱਖ ਲਿਆ। ਉਹ ਭਰਾਵਾ ਉਹ ਕਹਾਵਤ ਨਹੀਂ ਕਿ ਆਪਦੇ ਪੈਰ 'ਤੇ ਆਪ ਹੀ ਕੁਹਾੜਾ ਮਾਰਨਾ, ਉਹ ਕਹਾਵਤ ਆ ਤੇਰੇ 'ਤੇ ਲਾਗੂ ਹੁੰਦੀ ਹੈ। ਕਿਉਂ, ਇਹ ਜੀ ਕੀ ਗੱਲ ਹੋ ਗਈ? ਉਹ ਜਿਹੜਾ ਫਤਿਹ ਆ ਨਾ, ਜਿਹੜੀ ਆਪਣੀ ਤੇਰੀ ਘਰ ਵਾਲੀ ਹੈ, ਪਹਿਲਾਂ ਕਾਲਜ 'ਚ ਇਕੱਠੇ ਪੜ੍ਹਦੇ ਹੁੰਦੇ ਸੀਗੇ। ਅੱਛਾ, ਆਹੋ ਉਹ ਇਹਨਾਂ ਦੀ ਤਾਂ ਆਪ 'ਚ ਵੀ ਗਿੱਟੇ ਮਿੱਠ ਹੁੰਦੀ ਸੀਗੀ। ਉਹ ਕੀ ਕਹਿ ਰਿਹਾ ਬਾਬੇ, ਸੁਰਤ ਜਾਂ ਤੂੰ? ਉਹ ਬਾਈ ਮੈਨੂੰ ਸੁਰਤ ਆ ਪੂਰੀ, ਤਾਂ ਹੀ ਤੈਨੂੰ ਕਹਿ ਰਿਹਾ ਮੈਂ। ਤੈਨੂੰ ਲੱਗਦਾ ਮੈਂ ਜੀ ਗੱਲ ਐਵੇਂ ਤੈਨੂੰ ਬੋਲ ਸਕਦਾ? ਹੁਣ ਜਾਂਦੇ ਦੇਖੀ ਸੀ ਮੈਂ, ਹੱਸ ਹੱਸ ਕੇ ਗੱਲਾਂ ਕਰਦੀ ਜਾਂਦੀ ਸੀ ਪਿੱਛੇ ਬੈਠੀ, ਤੇ ਲਵੇ ਤਾਂ ਗੱਲ ਕਰਨ ਆ ਗਿਆ। ਇਕੱਠੇ ਕਾਲਜ 'ਚ ਪੜ੍ਹਦੇ ਸੀਗੇ, ਇਹਨਾਂ ਦੀ ਗਿੱਟ ਮਿੱਟ ਹੁੰਦੀ ਸੀਗੀ। ਓਏ, ਉਹ ਤਾਂ ਫਤਿਹ ਪਹਿਲਾਂ ਗਰੀਬ ਜਿਹੇ ਪਰਿਵਾਰ 'ਚੋਂ ਸੀ, ਹੁਣ ਤਾਂ ਚਲੋ ਮਿਹਨਤਾਂ ਮੁਹਨਤਾਂ ਕਰਕੇ ਤਰੱਕੀ ਕਰ ਗਿਆ, ਤਾਂ ਕਰਕੇ ਇਹਦੇ ਘਰਦੇ ਨੇ ਨਾ ਵਿਆਹ ਨਹੀਂ ਕਰਿਆ ਉਹਦਾ। ਉਹ ਤੇਰੇ ਲੜ ਤਾਂ ਹੀ ਲਾਤੀ ਸੀ, ਸਮਝ ਗਿਆ ਮੇਰੀ ਗੱਲ? ਆਹ ਗੱਲ ਆ ਵਿੱਚੋਂ ਸਾਰੀ। ਘੱਟੋ ਘੱਟ ਬਾਈ ਤੂੰ ਬੰਦੇ ਨੂੰ ਗੌਰ ਨਾਲ ਗੌਰ ਕਰਕੇ ਘਰੇ ਰੱਖੀ ਦਾ ਹੁੰਦਾ, ਉਹ ਚੱਕ ਕੇ ਘਰੇ ਫਿਰ ਮਗਰੋਂ ਸ਼ਹਿਰ ਉਹਦੇ ਨਾਲ ਤੋਰਤੀ। ਉਹ ਕਿਹੜਾ ਬੰਦੇ ਦੇ ਮੂੰਹ 'ਤੇ ਲਿਖਿਆ ਹੁੰਦਾ ਵੀ ਇਹੋ ਜਾਊਗਾ? ਪਰ ਮੈਂ ਉਹਨਾਂ ਤੱਕ ਯਕੀਨ ਨਹੀਂ ਕਰਦਾ ਬਾਬੇ, ਜਿੰਨਾ ਤੱਕ ਮੈਂ ਆਪਦੇ ਅੱਖੀਂ ਨਾ ਦੇਖਾਂ। ਹਾਂ ਬਾਈ, ਮੈਂ ਵੀ ਤੈਨੂੰ ਇਹੀ ਗੱਲ ਕਹਿਣਾ, ਬੇਸ਼ੱਕ ਮੇਰੀ ਗੱਲ 'ਤੇ ਯਕੀਨ ਨਾ ਕਰ, ਪਰ ਤੂੰ ਗੌਰ ਜ਼ਰੂਰ ਕਰੀ ਗੱਲ 'ਤੇ। ਕੋਈ ਨਾ, ਹਾਂ ਮੈਂ ਤੇਰਾ ਭਲੀ ਚਾਹੁੰਦਾ, ਮੈਂ ਗੌਰ ਕਰੂੰਗਾ ਇਹਦੇ ਗੱਲ 'ਤੇ। ਆਹੋ ਚੱਲ ਠੀਕ ਆ ਬਾਈ, ਮੈਂ ਤਾਂ ਚੱਲਿਆ ਫਿਰ, ਆਉਣ ਸਾਰੀ ਨਾ ਫੁੱਟ ਪੀ, ਬਿੜਕ ਲੈ ਕੇ ਪੂਰਾ ਚਲਾਕੀ ਨਾਲ। ਠੀਕ ਹੈ? ਕੋਈ ਨਾ, ਇਹ ਤਾਂ ਹੁਣ ਤੂੰ ਮੇਰੇ 'ਤੇ ਛੱਡ ਦੇ ਗੱਲ। ਚੱਲ ਠੀਕ ਆ ਬਾਈ। ਇਹ ਬਾਬੇ ਦੀ ਇਹ ਗੱਲ ਸੱਚੀ ਹੋਈ ਨਾ, ਸੱਚੀ ਛੱਡਦਾ ਨਹੀਂ ਹੈਗਾ ਤੂੰ ਮੈਂ। Thank you.
ਸੌ ਗਿਆ? ਹਾਂਜੀ ਸੌ ਗਿਆ। ਇੱਥੇ ਵੀ ਦੂਜੇ ਰੂਮ 'ਚ ਚੱਲਦੇ ਆ। ਆਜੋ। ਹੈਲੋ, ਇੱਕ ਮਿੰਟ, ਸਟੋਰ 'ਚ ਕਿਉਂ ਜਾਣਾ? ਮੈਂ ਬੈਡਰੂਮ ਖਾਲੀ ਕਰ ਦੇਣਾ, ਮੈਂ ਬਾਹਰ ਵਗ ਜਾਣਾ। ਹੁਣ ਮੈਨੂੰ ਜ਼ਹਿਰ ਦੇ ਦਿਓ, ਮਾਰ ਦਿਓ ਤਾਂ ਮੈਨੂੰ, ਹੈਂ? ਮੈਂ ਉਹਨੂੰ ਬੋਲਦੇ ਕਿਉਂ ਨਹੀਂ? ਜੀ ਇਹੋ ਜਿਹਾ ਕੁਛ ਨਹੀਂ ਹੈਗਾ। ਨਾ ਇਹੋ ਜਿਹਾ ਕੀ ਕੁਛ ਨਹੀਂ ਹੈਗਾ, ਹੋਰ ਕੀ ਕਰਨ ਜਿਹੜੀ ਤੂੰ ਇੱਧਰ? ਉਹ ਤੈਨੂੰ ਮੈਂ ਕੀ ਸਮਝ ਲਈ ਕੀਰਤ, ਅਤੇ ਮੇਰੇ ਪਿੱਠ ਪਿੱਠ 'ਤੇ ਤੂੰ ਇਹ ਕਰ ਰਿਹਾ? ਉਹ ਬਾਈ ਜੀ ਗਲਤ ਸੋਚ ਰਿਹਾ ਯਾਰ, ਤੂੰ ਗਲਤ ਸੋਚ ਰਿਹਾ ਨਾ। ਹੋਰ ਰਾਤ ਨੂੰ ਤੁਸੀਂ ਕੀ ਕਰਨ ਜਾਂਦੇ ਸੀ? ਵਾਹ, ਗਲਤ ਸੋਚ ਰਿਹਾ ਅਤੇ ਤੂੰ ਉਹ ਮੰਨਿਆ। ਮੈਂ ਘਰ ਦੇ ਕਬੀਲਦਾਰੀਆਂ ਵਿੱਚ ਫਸਿਆ ਹੋਇਆ ਅਤੇ ਬਿਜ਼ੀ ਰਹਿੰਦਾ, ਮੈਂ ਮੰਨਦਾ ਤੈਨੂੰ ਟਾਈਮ ਨਹੀਂ ਦੇ ਸਕਿਆ। ਇਹਦਾ ਮਤਲਬ ਇਹ ਥੋੜ੍ਹੀ ਆ ਕਿ ਤੂੰ ਜੋ ਵੀ ਜੋ ਕੁਛ ਮਰਜ਼ੀ ਕਰੇ। ਹੈਂ? ਜੇ ਤੁਹਾਡਾ ਧਿਆਨ ਹੋਵੇ ਨਾ ਤਾਂ ਹੀ ਮੈਂ ਖੁਸ਼ ਰਹਾਂ। ਅੱਛਾ, ਮੈਂ ਇੱਕ ਔਰਤ ਨੂੰ ਜ਼ਰੂਰਤ ਕੀ ਹੁੰਦੀ ਹੈ ਕਿ ਉਹਦਾ ਘਰ ਵਾਲਾ ਕੇਅਰ ਕਰੇ, ਉਹਨੂੰ ਪਿਆਰ ਨਾਲ ਬੁਲਾਵੇ। ਤੁਸੀਂ ਮੇਰੇ ਨਾਲ ਕਦੇ ਕਰਿਆ ਨਹੀਂ? ਉਹ ਜੇ ਨਹੀਂ ਕਰ ਸਕਿਆ ਤਾਂ ਇਹਦਾ ਮਤਲਬ ਇਹੀ ਹੈ ਤੂੰ ਜੋ ਮਰਜ਼ੀ ਕਰੇ, ਨਾ ਘਰ ਦੇ ਵਿੱਚ ਜਿਹੜੇ ਮਰਜ਼ੀ ਮਰਦ ਨੂੰ ਮਾਰ ਕੇ ਜੋ ਮਰਜ਼ੀ ਬੁੱਲੇ ਡਾਵੇ। ਹੈਂ? ਨਾ ਜੇ ਮੇਰੇ ਨਾਲ ਬਹੀ ਕਰਾਉਣਾ ਸੀ, ਪਰ ਇਹਨੂੰ ਕੋਈ ਕੁਛ ਛੋੜਿਆ? ਮੈਨੂੰ ਤਾਂ ਇਹ ਸ਼ੱਕ ਹੁੰਦਾ ਕਿ ਤੁਹਾਡੇ ਦੋਵਾਂ ਦੀ ਪਹਿਲਾਂ ਤੋਂ ਪਲੈਨਿੰਗ ਸੀ ਕੋਈ। ਨਹੀਂ ਜੀ, ਨਹੀਂ ਜੀ, ਇਹਦਾ ਕੁਛ ਨਹੀਂ ਹੈ। ਅੱਛਾ, ਹੁਣ ਤਾਂ ਤੂੰ ਬਹੁਤ ਬਹੁਤ ਕੁਛ ਕਹੇਂਗੀ। ਓਏ ਤੂੰ ਇਹ ਸਾਲਿਆ, ਤੂੰ ਤਾਂ ਯਾਰੀ ਦਾ ਨਾ ਥੱਬਾ। ਹੈਂ? ਉਹ ਤੈਨੂੰ ਮੈਂ ਕਿੰਨਾ ਸ਼ਰੀਫ ਸਮਝਦਾ ਸੀ, ਉਹ ਤੈਨੂੰ ਆਪਣੇ ਘਰ ਵਿੱਚ ਛੱਤ ਦਿੱਤੀ ਅਤੇ ਤੂੰ ਮੇਰੇ ਨਾਲ ਕਰਨ ਲੱਗਿਆ। ਵਾਹ, ਉਹ ਤੇਰੇ ਵਰਗੇ ਦਾ ਮਰ ਜਾਣਾ ਚੰਗਾ ਹੋਇਆ ਸਾਲੇ ਪੁੱਤੇ। ਉਹ ਕੋਈ ਨਾ, ਤੇਰਾ ਤਾਂ ਮੈਂ ਜਲੂਸ ਕੱਢੂੰਗਾ ਅਤੇ ਤੇਰੇ ਤੇਰੇ ਕਰਦਾ ਮੈਂ ਘਰੇ ਪੇਕੇ 'ਚ ਫੋਨ, ਤੇਰਾ ਵੀ ਤੇਰਾ ਦੱਸਦਾ ਤੇਰੀਆਂ ਕਰਤੂਤਾਂ ਬਾਰੇ। ਹਾਂ, ਮੈਨੂੰ ਮਾਫ ਕਰ ਦਿਓ। ਕੋਈ ਨਾ, ਉੱਠੋ ਜੀ। ਪਤਾ ਕੀ ਕਰੇ ਤੂੰ, ਤੇਰੇ ਦਿਮਾਗ ਤੇ ਠੀਕ ਹੈ, ਮਾਰਦਾ ਇਹਨੂੰ। ਓ ਯਾਰ, ਮੈਂ ਹੋਰ ਕੀ ਕਰਦਾ, ਮੈਨੂੰ ਇਹੀ ਲੋੜ ਲੱਗਿਆ। ਇਹ ਆਪਣਾ ਰੌਲਾ ਪਾ ਦਿੰਦਾ ਸਾਰੇ ਕਿਤੇ, ਬੇਇੱਜ਼ਤੀ ਕਰਾ ਦਿੰਦਾ। ਨਾ, ਜਿਹੜਾ ਹੁਣ ਰੌਲਾ ਪਾਊਗਾ ਵੀ ਕਤਲ ਹੋ ਗਿਆ, ਉਹ ਨਹੀਂ ਦਿਖਿਆ ਤੈਨੂੰ? ਮੈਨੂੰ ਨਹੀਂ ਪਤਾ, ਆਪਦਾ ਆਪ ਹੀ ਸਾਂਭ ਲਈ। ਇਹ ਕੀ ਮਤਲਬ ਹੈ ਫਤਿਹ? ਮੇਰੀ ਗੱਲ ਸੁਣ, ਤੂੰ ਮੈਨੂੰ ਇਕੱਲਾ ਛੱਡ ਕੇ ਨਹੀਂ ਜਾ ਸਕਦਾ। ਕਿਉਂ? ਉਹ ਮੈਂ ਤੈਨੂੰ ਪੁੱਛ ਕੇ ਨਹੀਂ, ਮੈਂ ਤੈਨੂੰ ਆਪਦਾ ਫੈਸਲਾ ਸੁਣਾ ਰਿਹਾ ਵੀ ਮੈਂ ਜਾ ਰਿਹਾ ਆਪੇ ਨਜਿੱਠੇ ਨੂੰ। ਇਹ ਸਭ ਤੇਰਾ ਕਰਿਆ ਹੋਇਆ। ਮੇਰਾ ਕਰਿਆ ਹੋਇਆ? ਕਿਉਂ? ਤੇਰੀ ਵੀ ਰਜ਼ਾਮੰਦੀ ਸੀਗੀ। ਉਹ ਰਜ਼ਾਮੰਦੀ ਮੇਰੀ ਨਹੀਂ ਸੀ, ਆ ਜਿਹੜਾ ਤਾਂ ਮੈਨੂੰ ਮਗਰਮੱਛੀ ਵਾਲੇ ਹੰਝੂ ਦਿਖਾਏ ਸੀ ਨਾ, ਇਹਨਾਂ ਕਰਕੇ ਪਿਘਲ ਗਿਆ ਸੀ। ਲੈ ਉਦੋਂ ਕਿੱਥੇ ਜੀ ਤੈਨੂੰ ਛੱਡ ਕੇ ਗਈ ਸੀ? ਮੈਨੂੰ ਇਕੱਲੇ ਨੂੰ ਛੱਡ ਕੇ ਗਈ ਸੀ ਨਾ, ਮਾੜਾ ਟਾਈਮ ਸੀ ਉਦੋਂ ਮੇਰੇ ਤੇ, ਹੁਣ ਆਪੇ ਨਹੀਂ ਜਿੱਥੇ ਤੂੰ ਆਪਦਾ ਟਾਈਮ। ਫਤਿਹ, ਤੂੰ ਐਵੇਂ ਨਹੀਂ ਕਰ ਸਕਦਾ, ਮੈਂ ਤੈਨੂੰ ਪਿਆਰ ਕਰ ਰਿਹਾ ਸੀ ਤੇ ਹੁਣ ਮੈਨੂੰ ਇਕੱਲੇ ਛੱਡ ਕੇ ਜਾ ਰਿਹਾ? ਪਿਆਰ ਇਹ ਮਕਲਾਵੇ ਦਾ ਪਿਆਰ ਹੈ, ਵਿਆਹ ਕਿਸੇ ਹੋਰ ਨਾਲ ਆ। ਉਹ ਤੇਰੇ ਤਨ ਦੀ ਹਵਸ ਨਹੀਂ ਪੂਰੀ ਹੁੰਦੀ ਸੀ ਤਾਂ ਮੇਰੇ ਨਾਲ ਯਾਰੀ ਲਾ ਲਈ, ਜੇ ਮੈਂ ਨਾ ਹੁੰਦਾ ਤਾਂ ਕੋਈ ਹੋਰ ਹੁੰਦਾ। ਤੇਰੀ ਗਲਤੀ ਆ ਇਹ, ਆਪ ਹੀ ਨਜਿੱਠਾ ਹੁਣ ਤੂੰ। ਫਤਿਹ, ਫਤਿਹ ਮੇਰੀ ਗੱਲ ਤਾਂ ਸੁਣ। ਮੇਰੀ ਉਹ ਗਲਤੀ ਹੈ, ਫਤਿਹ ਸਹੀ ਕਹਿੰਦਾ, ਮੈਂ ਆਪਣੀ ਖੁਸ਼ੀ ਪਾਉਣ ਲਈ ਫਤਿਹ ਨਾਲ ਦੁਬਾਰਾ ਯਾਰੀ ਲਈ ਤੇ ਇਹਦਾ ਨਤੀਜਾ ਮੇਰੇ ਸਾਹਮਣੇ ਹੈ।